ਰਾਮ ਸਰੂਪ ਅਣਖੀ ਦੀਆਂ 14 ਅੰਕ ਕਹਾਣੀਆਂ ਟੀਸੀ ਦਾ 베ਰ ਪੁਸਤਕ ਹੈ ਪਹਿਲੀ ਕਹਾਣੀ ਹੈ ਰੇਸ਼ਮ ਸੁਦੀਪ ਇੱਕ ਲੇਖਕ ਸੀ ਰਾਮ ਸਰੂਪ ਅਣਖੀ ਦੀ ਕਹਾਣੀ ਹੈ ਰੇਸ਼ਮ ਸੁਦੀਪ ਇੱਕ ਲੇਖਕ ਸੀ ਕਹਾਣੀ ਲੇਖਕ ਉਹਨੂੰ ਤਿੰਨਾਂ ਭਾਸ਼ਾਵਾਂ ਵਿੱਚ ਇੱਕੋ ਜਿੰਨੀ ਮੁਹਾਰਤ ਹਾਸਲ ਸੀ ਮੂਲ ਰੂਪ ਚ ਉਹ ਪੰਜਾਬੀ ਦਾ ਕਹਾਣੀਕਾਰ ਸੀ ਪਰ ਉਹਦੀਆਂ ਕਹਾਣੀਆਂ ਹਿੰਦੀ ਤੇ ਉਰਦੂ ਚ ਵੀ ਲਗਾਤਾਰ ਛਪਦੀਆਂ ਰਹਿੰਦੀਆਂ ਆਪਣੀਆਂ ਕਹਾਣੀਆਂ ਦੇ ਅਨੁਵਾਦ ਉਹ ਖੁਦ ਹੀ ਕਰਦਾ ਪੰਜਾਬੀ ਚ ਉਹਦੇ ਕਈ ਕਹਾਣੀ ਸੰਗ੍ਰਹਿ ਛਪ ਚੁੱਕੇ ਸੀ ਹਿੰਦੀ ਤੇ ਉਰਦੂ ਵਿੱਚ ਵੀ ਕਹਾਣੀ ਸੰਗ੍ਰਹਿ ਛਪੇ ਸਨ ਮੈਗਜ਼ੀਨਾਂ ਚ ਉਹਦੀਆਂ ਕਹਾਣੀਆਂ ਛਪਦੀਆਂ ਤਾਂ ਉਹਨੂੰ ਦੂਰ ਦੂਰ ਤੋਂ ਪਾਟਕਾਂ ਦੇ ਖੱਤ ਮਿਲਦੇ ਇਸਤਰੀ ਪਾਟਕਾਂ ਤੇ ਮਰਦ ਪਾਟਕਾਂ ਦੋਵਾਂ ਦੇ ਇਸਤਰੀ ਪਾਟਕਾਂ ਦੇ ਖੱਤ ਪੜ੍ਹ ਕੇ ਉਹ ਕਦੇ ਭਾਵਕ ਨਹੀਂ ਹੋਇਆ ਸਾਜ ਅਵਸਥਾ 'ਚ ਰਹਿ ਕੇ ਉਹ ਖੱਤਾਂ ਦਾ ਜਵਾਬ ਲਿਖਦਾ ਹਰ ਕਿਸੇ ਨਾਲ ਉਹਦਾ ਬਸ ਇੱਕ ਲੇਖਕ ਪਾਠਕ ਵਾਲਾ ਰਿਸ਼ਤਾ ਸੀ ਆਮ ਜੀਵਨ ਨਾਲੋਂ ਇਹ ਇੱਕ ਅਲੱਗ ਸੰਸਾਰ ਸੀ ਇਸ ਸੰਸਾਰ 'ਚ ਵਿਚਰ ਕੇ ਉਹਨੂੰ ਅਜੀਬ ਕਿਸਮ ਦੀ ਤਸਕੀਨ ਮਿਲਦੀ ਸੀ ਕਈ ਪਾਠਕਾਂ ਨੂੰ ਹਰ ਵਾਰ ਖੱਤ ਲਿਖਦੇ ਹਰ ਵਾਰ ਉਹ ਜਵਾਬ ਭੇਜਦਾ ਬਸ ਆਮ ਜੀ ਭਾਸ਼ਾ ਵਿੱਚ ਤੁਹਾਡਾ ਖੱਤ ਮਿਲਿਆ ਬਹੁਤ ਸ਼ੁਕਰੀਆ ਖੁਸ਼ੀ ਹੈ ਕਿ ਤੁਸੀਂ ਮੇਰੀ ਕਹਾਣੀ ਨੂੰ ਇੰਨਾ ਪਸੰਦ ਕੀਤਾ ਖੱਤ ਪੱਤਰ ਲਿਖਦੇ ਰਿਆ ਕਰੋ ਸੰਬੰਧ ਬਣਿਆ ਰਹੇ ਹਰੀ ਕਲੇਉ ਦਾ ਇਹ ਸਾਈਕਲੋਸਟਾਈਲ ਜਾਂ ਖਾਤੋਂ ਦਾ ਇਸ ਤਰ੍ਹਾਂ ਦਾ ਖਤ ਲਿਖਣ ਲਈ ਉਹਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ ਸੀ ਪਾਠਕ ਲਈ ਹੋ ਸਕਦਾ ਕੋਈ ਮਹੱਤਵ ਹੋਵੇ ਪਰ ਅਮਰਿਤ ਸਰਦੀ ਕੁੜੀ ਹਲਕਾ ਨੇ ਸਬੰਧ ਬਣੇ ਰਹਿਣ ਵਾਲੀ ਗੱਲ ਨੂੰ ਇੰਨਾ ਗੰਭੀਰ ਲਿਆ ਫਿਰ ਸੱਚਮੁੱਚ ਹੀ ਸਬੰਧ ਵਧਾਉਣੇ ਸ਼ੁਰੂ ਕਰ ਦਿੱਤੇ ਕਹਾਣੀ ਸੰਬੰਧੀ ਖਤਾ ਤੋਂ ਬਗੈਰ ਵੀ ਖਤ ਆਉਣ ਲੱਗੇ ਕਈ ਖਤਾ ਐ ਸੁਦੀਪ ਨੇ ਵੀ ਲਿਖੇ ਸੁਦੀਪ ਦੀ ਉਮਰ 35 ਤੋਂ ਉੱਤੇ ਹੋ ਚੁੱਕੀ ਸੀ ਪਰ ਹਾਲੇ ਤੱਕ ਉਹਨੇ ਸ਼ਾਦੀ ਨਹੀਂ ਕਰਾਈ ਸੀ ਕਾਰਨ ਸਨ ਪਹਿਲਾਂ ਪਹਿਲਾਂ ਤਾਂ ਕੋਈ ਕੁੜੀ ਉਹਨੂੰ ਜੱਚੀ ਨਹੀਂ ਫਿਰ ਦੋ ਕੁੜੀਆਂ ਨਾਲ ਸਬੰਧ ਬਣੇ ਪਰ ਵਿਆਹ ਕਿਸੇ ਨਾਲ ਵੀ ਨਾ ਹੋ ਸਕਿਆ ਇੱਕ ਕੁੜੀ ਛੋਟੜ ਸੀ ਉਹਦੇ ਲਈ ਸੁਦੀਪ ਦੀ ਮਾਂ ਨਹੀਂ ਮੰਨੀ ਤੇ ਦੂਜੀ ਨਾਲ ਜਾਤ ਬਰਾਦਰੀ ਦਾ ਫਰਕ ਸੀ ਮਾਂ ਉਹਦੇ ਲਈ ਵੀ ਨਹੀਂ ਮੰਨੀ ਉਹਨੂੰ ਮਾਂ ਬਹੁਤ ਪਿਆਰੀ ਸੀ ਉਹ ਚਾਹੁੰਦਾ ਸੀ ਉਹ ਕੁੜੀ ਹੋਵੇ ਜਿਹਨੂੰ ਮਾਂ ਪਸੰਦ ਕਰਦੀ ਹੋਵੇ ਉਹ ਕੁੜੀ ਹੋਵੇ ਜਿਹੜੀ ਮਾਂ ਦੀ ਸੇਵਾ ਕਰ ਸਕੇ ਫਿਰ ਮਾਂ ਵੀ ਮਰ ਗਈ ਤੇ ਆਪ ਵੱਡੀ ਉਮਰ ਦਾ ਹੋ ਕੇ ਰਹਿ ਗਿਆ ਫੇਰ ਤਾਂ ਜੇ ਕੋਈ ਉਹਨੂੰ ਵਿਆਹ ਬਾਬਤ ਪੁੱਛਦਾ ਤਾਂ ਉਹ ਜਵਾਬ ਦਿੰਦਾ ਵਿਆਹ ਨਹੀਂ ਕਰਾਉਣਾ ਹੁਣ ਹੁਣ ਤਾਂ ਕੱਲੇ ਰਹਿਣ ਦੀ ਆਦਤ ਪੈ ਗਈ ਨਾਲੇ ਵਿਆਹ ਦੀ ਉਮਰ ਤਾਂ ਉਦੋਂ ਹੁੰਦੀ ਹੈ ਜਦੋਂ ਨਵੇਂ-ਨਵੇਂ ਕੱਪੜੇ ਪਾਉਣ ਨੂੰ ਦਿਲ ਕਰਦਾ ਹੋਵੇ ਮੇਰੀ ਫੱਟੀ ਪੁਰਾਣੀ ਜੀਨ ਦੀ ਪੈਂਟ ਨੂੰ ਭਲਾ ਕੀ ਚਾਹ ਹੋ ਸਕਦਾ ਹੈ ਵਿਆਹ ਦਾ ਪਰ ਅਲਕਾ ਦਾ ਉਹ ਕੀ ਕਰਦਾ ਉਹ ਤਾਂ ਅੱਗੇ ਹੀ ਅੱਗੇ ਵੱਧਦੀ ਆ ਰਹੀ ਸੀ ਜਿਵੇਂ ਜਿਵੇਂ ਹੜ ਦਾ ਪਾਣੀ ਉਹਨੂੰ ਲੱਗਦਾ ਇੱਕ ਦਿਨ ਇਸ ਪਾਣੀ ਵਿੱਚ ਘਿਰ ਕੇ ਉਹ ਇਸ ਪਾਣੀ ਦਾ ਹੋ ਕੇ ਰਹਿ ਜਾਏਗਾ ਪਰ ਕੁੜੀਆਂ ਭਾਵੁਕ ਹੁੰਦੀਆਂ ਨੇ ਕੀ ਪਤਾ ਪਾਠਕ ਕੁੜੀਆਂ ਐਵੇਂ ਲੇਖਾਂ ਨੂੰ ਚਾਹਣ ਲੱਗ ਪੈਂਦੀਆਂ ਨੇ ਉਹਨਾਂ 'ਤੇ ਉਤਸੁਕਤਾ ਹੁੰਦੀ ਹੈ ਫਿਲਮ ਐਕਟਰਾਂ ਨੂੰ ਮਿਲਣ ਵਰਗੀ ਉਹ ਸਮੇਂ ਦੀਆਂ ਲੇਖਕ ਕੋਈ ਬੜੀ ਵੱਡੀ ਚੀਜ਼ ਹੁੰਦੀ ਹੋਏਗੀ ਜਦਕਿ ਅਸਲੀਅਤ ਚੋਈ ਕਾਮ ਆਦਮੀ ਤਾਂ ਹੁੰਦਾ ਦੁੱਖ ਸੁੱਖ ਭੋਗਣ ਵਾਲਾ ਇੱਕ ਸਮਾਜਿਕ ਪ੍ਰਾਣੀ ਅਲਕਾ ਤੇ ਰੇਸ਼ਮਾ ਦੋ ਪਹਿਣਾ ਸਨ ਅੰਮ੍ਰਿਤਸਰ ਉਹਨਾਂ ਦਾ ਬਾਪ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ 'ਚ ਲੇਖਾ ਕਲਰਕ ਸੀ ਉਹਨੂੰ ਉੱਤਲੀ ਆਮਦਨ ਵੀ ਸੀ ਰੇਸ਼ਮਾ ਬੀਏ 'ਚ ਪੜ੍ਹਦੀ ਸੀ ਜਦਕਿ ਅਲਕਾ ਬੀਏ ਕਦੋਂ ਦੀ ਕਰ ਚੁੱਕੀ ਸੀ ਇੱਕ ਪ੍ਰਾਈਵੇਟ ਸਕੂਲ ਚ ਪੜਾਉਂਦੀ ਸੀ ਬੜੀ ਸੁਪਨੇ ਸਾਜ਼ ਕੁੜੀ ਐਸੇ ਕਰਕੇ ਹੁਣ ਤੱਕ ਉਹਦਾ ਵਿਆਹ ਨਹੀਂ ਹੋਇਆ ਸੀ ਦੁਨੀਆ ਭਰ ਚ ਕੋਈ ਮੁੰਡਾ ਉਹਨੂੰ ਪਸੰਦ ਨਹੀਂ ਆਇਆ ਪਤਾ ਨਹੀਂ ਕੀ ਚਾਹੁੰਦੀ ਸੀ ਰੇਸ਼ਮਾ ਤੇ ਅਲਕਾ ਵਿਚਕਾਰ ਦੋ ਮੁੰਡੇ ਵੀ ਸਨ ਬినੋਦ ਤੇ ਪ੍ਰਮੋਦ ਅਲਕਾ ਜ਼ੋਰ ਪਾ ਰਹੀ ਸੀ ਕਿ ਸੁਦੀਪ ਉਹਨੂੰ ਅੰਮ੍ਰਿਤਸਰ ਆ ਕੇ ਮਿਲੇ ਉਹਦੇ ਨਾਲ ਜ਼ਬਾਨੀ ਗੱਲਾਂ ਕਰਨੀਆਂ ਚਾਹੁੰਦੀ ਸੀ ਸੁਦੀਪ ਹੋਰ ਕੋਈ ਕੰਮ ਨਹੀਂ ਕਰਦਾ ਸੀ ਕੋਈ ਸਰਕਾਰੀ ਨੌਕਰੀ ਨਹੀਂ ਕੁਝ ਵੀ ਨਹੀਂ ਬਸ ਉਹਦਾ ਕਹਾਣੀਕਾਰ ਸੀ ਜਾਂ ਅਖਬਾਰਾਂ ਚ ਫੋਟੋ ਫੀਚਰ ਲਿਖਦਾ ਸੀ ਇਸੇ ਕੰਮ ਚ ਉਹ ਬਹੁਤਾ ਕਮਾ ਲੈਂਦਾ। ਗੱਲ ਤੱਕ ਆਇਆ ਪਾਣੀ ਵੇਖ ਕੇ ਉਹਨੇ ਫੈਸਲਾ ਕੀਤਾ ਕਿ ਅਮਰੇ ਸਰ ਜਾਇਆ ਜਾਵੇ। ਅਲਕਾ ਨੂੰ ਇੱਕ ਵਾਰ ਮਿਲਤਾ ਲੱਗੇ। ਗੱਲ ਕਰਨ ਚ ਕੀ ਹਰਜ਼ ਹੈ ਨਾ ਜੱਜੀ ਮੋੜ ਆਏਗਾ। ਉਹਦਾ ਕੁਝ ਤੋੜਤਾ ਨਹੀਂ ਲਏਗੀ। ਅਲਕਾ ਦੀ ਉਮਰ ਬੱਤੀ 33 ਤੋਂ ਵੱਧ ਨਹੀਂ ਸੀ ਪਰ ਦੇਖਣ ਵਿੱਚ ਉਹ 40ਾਂ ਦੀ ਲੱਗ ਰਹੀ ਸੀ। ਅੱਖਾਂ ਥੱਲੇ ਘੇਰੇ ዳਖੀ ਹੋ ਚੁੱਕੇ ਸਨ ਗੱਲਾਂ ਦਾ ਮਾਸਟਾ ਲ ਗਿਆ ਸੀ ਥੋੜੀ ਥੱਲੇ ਖੂਬ ਥੋੜੀ ਦੇਸਣ ਲੱਗੀ ਸੀ ਦੰਦਾ ਉੱਤੇ ਪਲਕਤਨ ਸੀ ਹੱਥਾਂ ਦੀ ਉਂਗਲਾਂ ਲੱਗਦਾ ਨਹੀਂ ਸੀ ਕੁਵਾਰੀ ਕੁੜੀ ਦੀ ਐ ਛਾਤੀਆਂ ਢਿਲਕੀਆਂ ਹੋਈਆਂ ਉਹ ਕੁਰਸੀ ਤੋਂ ਉੱਠੀ ਜਿਵੇਂ ਥੱਕੀ ਥੱਕੀ ਹੋਵੇ ਪਰ ਹਾਂ ਬੋਲਾਂ ਚ ਅਲਸਾਹਟ ਸੀ ਨਜ਼ਾਕਤ ਤੇ ਮસ્ਤੀ ਦਾ ਵਿਚ ਵਿਚਾਲਾ ਵੀ ਕੁਝ 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 ਗੱਲਾਂ ਹੋਈਆਂ ਅਸਲ ਚ ਤਾਂ ਉਹ ਦੋਵੇਂ ਬਾਕੀ ਬੱਚੇ ਔਰਤ ਮਰਦ ਸਨ ਦੋਵਾਂ ਚ ਹੁਣ ਕੀ ਰਹਿ ਗਿਆ ਸੀ ਆਪਣਾ ਨਿਰਨੇ ਦੀ ਹਾਂ ਤੱਕ ਪਹੁੰਚ ਗਏ ਫਿਰ 15 ਦਿਨਾਂ ਬਾਅਦ ਹੀ ਸੁਦੀਪ ਹਲਕਾ ਨੂੰ ਵਿਆਹ ਕੇ ਪਟਿਆਲੇ ਲੈ ਗਿਆ ਵਿਆਹ ਵੀ ਕੀ ਸੀ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਗਿਆ ਅਲਕਾ ਲਈ ਦੋ ਸੂਟ ਤੇ ਕੰਨਾਂ ਲਈ ਸੋਨੇ ਦੇ ਟਾਪਸ ਇੱਕ ਨੱਕ ਦਾ ਕੋਕਾ ਬਣਵਾ ਕੇ ਲੈ ਗਿਆ ਵਿਆਹ ਦੀ ਸ਼ਾਦੀ ਦੀ ਰਸਮ ਹੋਈ ਟੈਕਸੀ 'ਚ ਬਿਠਾ ਕੇ ਉਹਨੂੰ ਲੈ ਆਇਆ ਸੀ ਫਿਰ ਜਦੋਂ ਵੀ ਉਹ ਅੰਮ੍ਰਿਤਸਰ ਜਾਂਦਾ ਰੇਸ਼ਮਾ ਉਹਦੇ ਪੈਰ ਮਿੱਧਦੀ ਰਹਿੰਦੀ ਬੈਠ ਕੇ ਗੱਲਾਂ ਮਾਰਨ ਲੱਗਦੀ ਤਾਂ ਗੱਲਾਂ ਹੀ ਮਾਰੀ ਜਾਂਦੀ ਰੋਟੀ ਵੀ ਉਹ ਉਹੀ ਖਵਾਉਂਦੀ ਸਦੀਪ ਦੇ ਕੱਪੜੇ ਧੋ ਦਿੰਦੀ ਸ਼ਾਮ ਵਕਤ ਬਾਜ਼ਾਰ ਦੀ ਸੈਰ ਨੂੰ ਵੀ ਲੈ ਤੁਰਦੀ ਤੇ ਸੁਦੀਪ ਦਾ ਖਰਚ ਕਰਨਦੀ ਜੀਜਾ ਜੀ ਜੀਜਾ ਜੀ ਕਰਦੀ ਦਾ ਜਿਵੇਂ ਮੂੰਹ ਸੁੱਕਦਾ ਹੋਵੇ ਅਲਕਾ ਬਹੁਤ ਘੱਟ ਬੋਲਦੀ ਕਦੇ-ਕਦੇ ਰੇਸ਼ਮਾਂ ਨੂੰ ਛਿੜਕਦੀ ਇਹ ਲੜਕੀ ਜ਼ਰਾ ਸੰਕੋਚ ਰੱਖ ਬਈ ਨਹੀਂ ਤਾਂ ਕੀ ਕਹਿਣਗੇ ਜੀਜਾ ਜੀ ਤੇਰੇ ਇਮਪ੍ਰੈਸ਼ਨ ਬਣਾ ਕੇ ਰੱਖ ਕਿਉਂ ਰੱਖਾਂ ਮੈਂ ਇਮਪ੍ਰੈਸ਼ਨ ਬਣਾ ਕੇ ਜੀਜਾ ਜੀ ਮੇਰੇ ਹੀ ਨੇ ਨਾ ਤੇ ਹਾਂ ਉਹ ਫਿਰ ਬੋਲਣ ਲੱਗ ਪਈ ਕਦੇ-ਕਦੇ ਉਹ ਸੁਦੀਪ ਨਾਲ ਇਕੱਲੇ ਬਾਹਰ ਜਾਂਦੀ ਉਹਨੇ ਸੁਦੀਪ ਨੂੰ ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰਸਿੱਧ ਥਾਵਾਂ ਦਿਖਾਈਆਂ ਦਰਬਾਰ ਸਾਹਿਬ ਜਲਿਆਂਵਾਲਾ ਬਾਗ ਦਰਗਿਆਣਾ ਮੰਦਿਰ ਬਾਬਾ ਟਾਲ ਯੂਨੀਵਰਸਿਟੀ ਹਵਾਈ ਅੱਡਾ ਤੇ ਜਦੋਂ ਸੁਦੀਪ ਨਾਲ ਇਕੱਲੇ ਹੁੰਦੀ ਘਟ ਬੁੰਦੀ ਖਾਣ ਪੀਣ ਨੂੰ ਵੀ ਨਾ ਆਖਦੀ ਪਰ ਅਲਕਾ ਨਾਲ ਹੁੰਦੀ ਤਾਂ ਅਲਕਾ ਨੂੰ ਗੱਲ ਨਾ ਕਰਨ ਦਿੰਦੀ ਪੂਰੀ ਮੱਛਰੀ ਰਹਿੰਦੀ ਸੁਦੀਪ ਨੂੰ ਉਹਦੀ ਚੁਲਬੁਲਾਹਟ ਪਿਆਰੀ ਲੱਗਦੀ ਉਹਦੇ ਧੁਰ ਅੰਦਰ ਕਿਦਰੀ ਉਮੰਗ ਉੱਠਦੀ ਰੇਸ਼ਮਾ ਵਰਗੀ ਕੋਈ ਹੋਵੇ ਅਜਈ ਕੁੜੀ ਨਾਲ ਬੰਦਾ ਬਿਨਾ ਖੰਭਾਂ ਤੋਂ ਹੀ ਉੱਡਦਾ ਫਿਰਦਾ ਰਹਿੰਦਾ ਹੈ। ਅਜਈ ਕੁੜੀ ਦਾ ਸੰਗ ਬੰਦੇ ਨੂੰ ਵਰਿਆਂ ਦਾ ਅਹਿਸਾਸ ਨਹੀਂ ਹੋਣ ਦਿੰਦਾ। ਕਦੇ ਉਹਨੇ ਆਖਣਾ ਜੀਜਾ ਜੀ ਮੇਰੇ ਵਾਲ ਦੇਖੋ। ਹਨ ਨਾ ਕਿੰਨੇ ਲੰਮੇ। ਤੇ ਰੇਸ਼ਮਾ ਦੀਆਂ ਅੱਖਾਂ ਬਹੁਤ ਪ੍ਰਭਾਵਪੂਰਤ ਸਨ। ਕਦੇ-ਕਦੇ ਉਹਨੇ ਬਹੁਤ ਹੀ ਖੁੱਲ ਜਾਣਾ ਪੁੱਛਣਾ ਜੀਜਾ ਜੀ ਤੁਹਾਨੂੰ ਅੱਖ ਦੱਬਣੀ ਆਉਂਦੀ ਹੈ। ਸੰਦੀਪ ਉਹਦੀ ਹਰ ਹਰਕਤ ਉੱਤੇ ਬਸ ਹੱਸ ਛੜਦਾ। ਇਹ ਹਲਕਾ ਨਾਲ ਬਣਿਆ ਇੱਕ ਵਿਸ਼ਵਾਸ ਦਾ ਬੰਧਨ ਸੀ। ਰੇਸ਼ਮਾ ਨੂੰ ਉਹਦੀ ਵੱਡੀ ਪੈਣ ਦੀ ਅੱਖ ਨਾਲ ਦੇਖਦਾ। ਕਦੇ-ਕਦੇ ਉਹ ਆਪ ਵੀ ਉਹਨੂੰ ਛਿੜਕ ਦਿੰਦਾ ਰੇਸ਼ਮਾ ਚੁੱਪ ਹੋ ਜਾ ਅੱਗੇ ਬੋਲੀ ਤਾਂ ਮਾਰਾਂਗਾ ਤੈਨੂੰ ਸਮਝੀ ਉਹ ਜੀਬ ਕੱਢਦੀ ਉੱਠ ਕੇ ਦੂਜੇ ਕਮਰੇ ਚ ਜਾ ਬੈਠਦੀ ਕਦੇ ਰੁੱਸ ਜਾਂਦੀ ਤਾਂ ਰੋਣ ਲੱਗਦੀ ਅਲਕਾ ਕਹਿੰਦੀ ਤੁਸੀਂ ਰੇਸ਼ਮਾ ਨੂੰ ਬਹੁਤ ਸਿਰ ਚੜਾ ਰੱਖਿਆ ਮਨਾਓ ਹੁਣ ਬਣਾਓ ਹੁਣ ਆਪ ਜਾ ਕੇ ਆਪਣੀ ਲਾਡਲੀ ਨੂੰ ਤੇ ਫਿਰ ਕਈ ਸਾਲ ਬੀਤ ਗਏ ਇਸ ਦੌਰਾਨ ਬినੋਦ ਤੇ ਪ੍ਰਮੋਦ ਨੌਕਰੀਆਂ ਤੇ ਲੱਗ ਚੁੱਕੇ ਸੀ ਉਹਨਾਂ ਦੇ ਵਿਆਹ ਹੋ ਗਏ ਸੀ ਅਲਕਾ ਦੇ ਪਿਤਾ ਰਿਟਾਇਰ ਹੋ ਕੇ ਬਾਜ਼ਾਰ ਚ ਦੁਕਾਨਾਂ ਦਾ ਹਿਸਾਬ ਕਿਤਾਬ ਦੇਖਣ ਲੱਗੇ ਸਨ ਉਹਨਾਂ ਕੋਲ 7-8 ਦੁਕਾਨਾਂ ਸਨ ਘੰਟਾ-ਘੰਟਾ ਹਰ ਦੁਕਾਨ ਤੇ ਲਾਉਂਦੇ ਰੇਸ਼ਮਾ ਨੇ ਬੀਏ ਤੋਂ ਬਾਅਦ ਬੀਐਡ ਕੀਤੀ ਉੱਥੇ ਅੰਮ੍ਰਿਤਸਰ ਰੇ ਇੱਕ ਪ੍ਰਾਈਵੇਟ ਸਕੂਲ ਚੋਂ ਨੌਕਰੀ ਮਿਲ ਗਈ ਫਿਰ ਉਹਦਾ ਵਿਆਹ ਵੀ ਹੋ ਗਿਆ ਮੁੰਡਾ ਬੈਂਕ ਚ ਕਲਰਕ ਚੰਗੀ ਤਨਖਾਹ ਸੀ ਉਹਦੀ ਰੇਸ਼ਮਾ ਕੋਲੇ ਇੱਕ ਮੁੰਡਾ ਸੀ ਉਧਰ ਹਲਕਾ ਨੇ ਦੋ ਜਵਾਕ ਜੰਮ ਲੈ ਸਨ ਇੱਕ ਮੁੰਡਾ ਤੇ ਉਸ ਇੱਕ ਕੁੜੀ ਪਟਿਆਲਾ ਛੱਡ ਕੇ ਬਠਿੰਡੇ ਆ ਟਕੇ ਸਨ ਥਰਮਲ ਪਲਾਂਟ ਲੱਗ ਜਾਣ ਕਰਕੇ ਬਠਿੰਡਾ ਦਿਨੋ ਦਿਨ ਤਰੱਕੀ ਕਰਦਾ ਜਾ ਰਿਹਾ ਸੀ ਥਰਮਲ ਪਲਾਂਟ ਦੇ ਕੋਲੇ ਰੋਜ਼ਗਾਰਡਨ ਬਣ ਗਿਆ ਕਦੇ ਕਿਸੇ ਨੂੰ ਇਹ ਸੁਪਨਾ ਵੀ ਨਹੀਂ ਸੀ ਕਿ ਬਠਿੰਡੇ ਦੇ ਤਿੱਬਿਆਂ ਵਿੱਚ ਕਦੇ ਕੋਈ ਫੁੱਲਾਂ ਦਾ ਬਾਗ ਲੱਗੇ ਇੱਥੇ ਝੀਲਾਂ ਬਣ ਜਾਣਗੀਆਂ ਉਧਰ ਛੌਣੀ ਬਣ ਕੇ ਇੱਕ ਨਵਾਂ ਬਠਿੰਡਾ ਉੱਸਰਦਾ ਜਾ ਰਿਹਾ ਸੀ ਖਾਦ ਫੈਕਟਰੀ ਐਲੱਗ ਬਰਸਾਤਾਂ ਚ ਟੋਬੇ ਦੇ ਪਾਣੀ ਵਾਂਗ ਫੈਲ ਰਿਹਾ ਸੀ ਸ਼ਹਿਰ ਆਲੇ ਦੁਆਲੇ ਦੇ ਕਈ ਨਿੱਕੇ ਨਿੱਕੇ ਪਿੰਡ ਇਸ ਸ਼ਹਿਰ ਦੀ ਲਪੇਟ ਚ ਆ ਗਏ ਸੀਆਂ ਦਾ ਅਨੁਮਾਨ ਸੀ ਕਿ ਕਿਸੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਏਗਾ। ਨਾ ਤਾਂ ਪਹਿਲਾਂ ਹੀ ਵੱਡਾ ਸੀ। ਬਠਿੰਡੇ 'ਚ 7 ਰੇਲਵੇ ਲਾਈਨਾਂ ਪੈਂਦੀਆਂ। ਸ਼ਹਿਰਵੱਤਾ ਵੇਖ ਕੇ ਇਥੋਂ ਅਖਬਾਰ ਰਸਾਲੇ ਨਿਕਲਣੇ ਵੀ ਜ਼ਰੂਰੀ ਸੀ। ਕਿੰਨੇ ਸਾਰੇ ਜ਼ਿਲ੍ਹਾ ਦਫ਼ਤਰ ਸਨ, ਪ੍ਰਾਈਵੇਟ ادارے, ਫਿਰ ਇਲਾਕੇ ਦੀਆਂ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ। ਇੱਕ ਸੇਠ ਜਿਹੜਾ ਕੱਪੜੇ ਦਾ ਬਹੁਤ ਵੱਡਾ ਵਪਾਰੀ ਸੀ ਪਰ ਰਾਜਨੀਤੀ 'ਚ ਵੀ ਮੂੰਹ ਮਾਰਦਾ ਨਹੀਂ। ਸ਼ਕਤੀ ਪੰਜਾਬ ਨਾਂ ਦਾ ਇੱਕ ਸਪਤਾਹਿਕ ਪੱਤਰ ਛਾਪਣਾ ਸ਼ੁਰੂ ਕੀਤਾ। 16 ਸਫੇ ਦਾ ਇੱਕ ਪਰਚਾ ਪੰਜਾਬੀ ਛਪਦਾ ਹੁੰਦਾ ਇਸ ਵਿੱਚ ਇੱਕ ਕਹਾਣੀ ਤੇ 4-5 ਗਜ਼ਲਾਂ ਵੀ ਹੁੰਦੀਆਂ ਪਰ ਬਹੁਤੀਆਂ ਖਬਰਾਂ ਇਲਾਕੇ ਦੀਆਂ ਛਪਦੀਆਂ ਬਠਿੰਡੇ ਦੀਆਂ ਸਥਾਨਕ ਖਬਰਾਂ ਵੀ ਪਰਚੇ ਵਿੱਚ ਸਾਫ਼ ਸੁਥਰਾ ਮੈਟਰ ਹੁੰਦਾ ਇਹ ਹਫਤਾਹਿਕ ਬਲੈਕ ਮੀਲਰ ਬਿਲਕੁਲ ਨਹੀਂ ਸੀ ਘਰਾਂ ਵਿੱਚ ਪੜਨ ਵਾਲਾ ਪਰਚਾ ਸੀ ਸ਼ਕਤੀ ਪੰਜਾਬ ਜਦੋਂ ਤੋਂ ਸੁਦੀਪ ਇਹਦਾ ਸੰਪਾਦਕ ਬਣਿਆ ਪਰਚਾ ਹੋਰ ਵੀ ਦਿਲਚਸਪ ਹੋ ਗਿਆ ਅਸ਼ਾਇਤ ਵਦਗੀ ਰੇਲਵੇ ਬੁੱਕ ਸਟਾਲ ਤੇ ਬੱਸ ਸਟੈਂਡ ਉੱਤੇ ਵੱਧ ਗਿਣਤੀ ਚ ਵੇਚਣ ਲੱਗਾ ਸਦੀਪ ਨੇ ਬਠਿੰਡੇ ਆ ਕੇ ਕਹਾਣੀਆਂ ਲਿਖਣੀਆਂ ਘੱਟ ਕਰ ਦਿੱਤੀਆਂ ਸੇਟ ਚੰਗੀ ਤਨਖਾਹ ਦਿੰਦਾ ਸੀ ਦਿੰਦਾ ਵੀ ਕਿਵੇਂ ਨਾ ਸ਼ਕਤੀ ਪੰਜਾਬ ਚੋਂ ਚੰਗਾ ਪੜਤਾ ਪੈਂਦਾ ਸੀ ਬਾਣੀਆਂ ਝਾਰੂ ਕੰਮ ਕਰਨ ਲਈ ਤਿਆਰ ਹੁੰਦਾ ਜਿਸ ਤੋਂ ਉਹਨੂੰ ਪੜਤਾ ਪੈਂਦਾ ਹੋਵੇ ਸਦੀਪ ਦਾ ਅਮ੍ਰਿਤਸਰ ਨੂੰ ਜਾਣਾ ਹੁਣ ਘਟਿਆ ਹੋਇਆ ਸੀ ਐਲ ਕਾ ਵੀ ਮਸਾਂ ਹੀ ਕਦੇ ਜਾਂਦੀ ਆਮ ਕਰਕੇ ਗਰਮੀ ਦੀਆਂ ਛੁੱਟੀਆਂ 'ਚ ਜਾਂਦੀ ਉਹਨਾਂ ਦਿਨਾਂ 'ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਸੀ ਰੇਸ਼ਮਾ ਬਠਿੰਡੇ ਕਦੇ ਨਹੀਂ ਆਈ ਸੀ ਕੁਵਾਰੀ ਹੁੰਦੀ ਪਟਿਆਲੇ ਤੱਕ ਕਈ ਚੱਕਰ ਮਾਰ ਗਈ ਸੀ ਤੇ ਇੱਕ ਵਾਰ ਵਿਆਹ ਤੋਂ ਬਾਅਦ ਵੀ ਆਈ ਸੀ ਆਪਣੇ ਮਿਸਟਰ ਨੂੰ ਨਾਲ ਲੈ ਕੇ ਉਦੋਂ ਤਾਂ ਉਹ 4-5 ਦਿਨ ਠਹਿਰੇ ਸੀ ਸੁਦੇਪ ਨੂੰ ਮੁੰਡਾ ਖਤਰਾ ਜਿਹਾ ਲੱਗਿਆ ਸੀ ਵਿਆਹ ਤੋਂ ਬਾਅਦ ਰੇਸ਼ਮਾ ਪਹਿਲਾਂ ਜਿੰਨੀ ਚੁਲਬੁਲੀ ਨਹੀਂ ਰਹੀ ਸੀ ਗਲਾਂ ਘੱਟ ਕਰਦੀ ਉਹਨੂੰ ਖਾਣ ਪੀਣ ਦਾ ਬਹੁਤਾ ਲਾਲਚ ਵੀ ਨਹੀਂ ਰਿਹਾ ਸੀ ਹਾਂ ਘੁੰਮਣ ਫਿਰਨ ਦੀ ਆਦਤ ਉਹ ਹੀ ਪੁਰਾਣੀ ਸੀ ਰੇਸ਼ਮਾ ਜਦੋਂ ਕੁਵਾਰੀ ਸੀ ਕਹਾਣੀਆਂ ਲਿਖਦੀ ਹੁੰਦੀ ਉਹਨਾਂ ਉਹਦੀਆਂ ਦੋ ਕਹਾਣੀਆਂ ਉਹਨਾਂ ਦੇ ਕਾਲਜ ਮੈਗਜ਼ੀਨ 'ਚ ਛਪੀਆਂ ਸੀ ਫਿਰ ਉਹ ਕਹਿੰਦੀ ਕਹਿੰਦੀ ਫਿਰ ਉਹ ਕਹਿੰਦੀ ਰਹਿੰਦੀ ਜੀਜਾ ਜੀ ਮੇਰੀਆਂ ਕਹਾਣੀਆਂ ਛਪਵਾ ਦਿਓ ਕਿਧਰੇ ਤੁਹਾਡਾ ਤਾਂ ਐਡਾ ਵੱਡਾ ਨਾਮ ਹੈ ਲੇਖਕਾਂ ਵਿੱਚ ਤੇ ਸੁਦੀਪ ਨੇ ਉਹਦੀਆਂ ਦੋ ਕਹਾਣੀਆਂ ਜਲੰਧਰ ਦੇ ਇੱਕ ਅਖਬਾਰ 'ਚ ਛਪਵਾਤੀਆਂ ਇਹਦਰ ਉਧਰ ਦੋ ਤਿੰਨ ਮਾਸਿਕ ਪੱਤਰਾਂ ਨੂੰ ਵੀ ਕਹਾਣੀਆਂ ਭੇਜੀਆਂ ਪਰ ਉਹਨਾਂ ਉਹਨਾਂ ਵਿੱਚ ਕਿਤੇ ਨਹੀਂ ਛਪੀ ਸੀ ਕੋਈ ਕਹਾਣੀ ਜਲੰਧਰ ਦੇ ਉਸ ਅਖਬਾਰ ਬਾਰੇ ਮਸ਼ਹੂਰ ਸੀ ਕਿ ਬਸ ਲਿਖਾਈ ਪੜਨ ਯੋਗ ਹੋਵੇ ਕਹਾਣੀ ਛਪ ਜਾਂਦੀ ਹੈ ਤੇ ਰੇਸ਼ਮ ਦੀਆਂ ਕਹਾਣੀਆਂ ਛਪ ਗਈਆਂ ਸਨ ਕੋਈ ਕਹਾਣੀਆਂ ਮੁੰਡੇ ਕੁੜੀ ਦੇ ਭਾਵੁਕ ਪਿਆਰ ਬਾਰੇ ਲਿਖਦੀ ਇਹਨਾਂ ਕਹਾਣੀਆਂ 'ਚ ਕੋਈ ਖਾਸ ਸਮਾਜਿਕ ਤੱਤ ਨਹੀਂ ਹੁੰਦਾ ਸੀ ਕਹਾਣੀ 'ਚ ਹਮੇਸ਼ਾ ਉਹ ਕੁੜੀ ਦਾ ਪੱਖ ਲੈਂਦੀ ਤੇ ਜਦੋਂ ਉਹ ਬਠਿੰਡੇ ਆਈ ਉਹਦਾ ਮੁੰਡਾ 5 ਵਰਿਆਂ ਦਾ ਹੋ ਚੁੱਕਿਆ ਸੀ ਸਕੂਲ ਜਾਂਦਾ ਸੀ ਰੇਸ਼ਮਾਂ 'ਚ ਪਹਿਲਾਂ ਜਿੰਨੀ ਰੜਕ ਨਹੀਂ ਰਹਿ ਗਈ ਸੀ ਚਿਹਰਾ ਉਦਾਸ ਲੱਗਦਾ ਬਾਹਾਂ ਦਾ ਮਾਸ ਢਿਲ ਗਿਆ ਢਿਲ ਗਿਆ ਅੱਖਾਂ 'ਚ ਉਹ ਚਮਕ ਨਹੀਂ ਸੀ ਰਹੀ ਸਿਰ ਦੇ ਵਾਲ ਛੋਟੇ ਹੋ ਗਏ ਗੱਲ-ਗੱਲ ਤੇ ਉਹ ਆਪਣੇ ਮੁੰਡੇ ਨੂੰ ਛਿੜਕਦੀ ਨਿੱਕਾ ਜਿਹਾ ਬਹਾਨਾ ਲੈ ਕੇ ਉਹਨੂੰ ਘੁੱਟ ਸੋਟਦੀ ਮੁੰਡੇ ਦਾ ਬੁਰਾ ਹਾਲ ਕਰ ਦਿੰਦੀ ਤੇ ਫਿਰ ਖੁਦ ਵੀ ਬਦਵਾਸਤੀ ਹੋ ਜਾਂਦੀ। ਅਲਕਾ ਨੇ ਉਹਨੂੰ ਸਮਝਾਇਆ ਬੱਚੇ ਨੂੰ ਇੰਨਾ ਮਾਰਨਾ ਨਹੀਂ ਚਾਹੀਦਾ ਠੀਕ ਹੋ ਜਾਂਦੇ ਆ ਫਿਰ। ਅੱਧੇ ਘੰਟੇ ਬਾਅਦ ਹੀ ਰੇਸ਼ਮਾ ਸਹਜ ਹੋ ਜਾਂਦੀ ਤੇ ਫਿਰ ਅਲਕਾ ਜਾਂ ਸੁਦੀਪ ਨਾਲ ਗੱਲਾਂ ਕਰਨ ਲੱਗਦੀ। ਪਤਾ ਨਹੀਂ ਉਹਨੇ ਕਿਉਂ ਇਸ ਤਰ੍ਹਾਂ ਦਾ ਸੁਭਾਅ ਬਣਾ ਲਿਆ ਸੀ। ਇਸ ਤਰ੍ਹਾਂ ਦੀ ਉਹ ਹੁੰਦੀ ਨਹੀਂ ਸੀ। ਇਸ ਤਰ੍ਹਾਂ ਦੀ ਤਾਂ ਉਹ ਕਦੇ ਵੀ ਨਹੀਂ ਸੀ। ਤੇ ਉਸ ਦਿਨ ਉਹ ਦੁਪਹਿਰੇ ਜਾਈ। ਸ਼ਾਮ ਵੇਲੇ ਜਦੋਂ ਸਾਰੇ ਜਣੇ ਬੈਠ ਕੇ ਰੋਟੀ ਖਾਣ ਲੱਗੇ ਤਾਂ ਰੇਸ਼ਮਾ ਬੋਲੀ ਜੀਜਾ ਜੀ ਕਹਾਣੀ ਲਿਖੋ ਕਹਾਣੀ ਦਾ ਮਸਾਲਾ ਤੁਹਾਨੂੰ ਮੈਂ ਦੇਣੀ ਤੂੰ ਆਪ ਹੀ ਲਿਖ ਲੈ ਤੂੰ ਵੀ ਤਾਂ ਕਹਾਣੀ ਕਰ ਨਹੀਂ ਮੈਂ ਨਹੀਂ ਤੁਸੀਂ ਲਿਖੋ ਤੁਸੀਂ ਚੰਗੇ ਲਿਖੋਗੇ ਚੰਗੀ ਲਿਖੋਗੇ ਮੈਂ ਤਾਂ ਸਭ ਛੱਡਿਆ ਛਡਾਇਆ ਇਹ ਧੰਦਾ ਕਿਉਂ ਕਹਾਣੀਆਂ ਲਿਖਣਾ ਧੰਦਾ ਹੁੰਦਾ ਸਭ ਲੋਕ ਕੋਈ ਨਾ ਕੋਈ ਧੰਦਾ ਕਰਦੇ ਨੇ ਧੰਦੇ ਬਿਨਾਂ ਗੁਜ਼ਾਰਾ ਨਹੀਂ ਕਹਾਣੀਆਂ ਲਿਖਨੇ ਲਿਖਣਾ ਵੀ ਤਾਂ ਇੱਕ ਧੰਦਾ ਹੀ ਹੋਇਆ ਤੂੰ ਫਿਰ ਇਸ ਧੰਦੇ 'ਚ ਅੱਗੇ ਕਿਉਂ ਨਾ ਵਧੀ ਤੂੰ ਚੰਗਾ ਲਿਖ ਲੈਂਦੀ ਸੀ ਸੁਦੀਪ ਨੇ ਉਹਦੀ ਫੋਕੀ ਵਧਾਈ ਕੀਤੀ ਨਹੀਂ ਮੈਂ ਨਹੀਂ ਤੁਸੀਂ ਲਿਖੋ ਚੰਗਾ ਸੁਣਾ ਫਿਰ ਕੀ ਗੱਲ ਹੈ ਰੋਟੀ ਖਾ ਕੇ ਸੁਣਾਵਾਂਗੀ ਕੋਈ ਅਜਿਹੀ ਗੱਲ ਤਾਂ ਨਹੀਂ ਕਿ ਅਲਕਾ ਤੋਂ ਸ਼ਰਮਾਉਂਦੀ ਹੋਵੇ ਨਹੀਂ ਦੀਦੀ ਤੋਂ ਕਾਦੀ ਸ਼ਰਮ ਉਹ ਅਲਕਾ ਦੇ ਬੱਚਿਆਂ ਵੱਲ ਝਾਕੀ ਫੇਰ ਕੇ ਰੋਟੀ ਫਿਰ ਕਹਿੰਦੀ ਰੋਟੀ ਖਾ ਲਈਏ ਫਿਰ ਸੁਣਾਉਂਦੀ ਹੈ ਰੋਟੀ ਤੋਂ ਮਗਰੋਂ ਅਲਕਾ ਦੋਵੇਂ ਬੱਚੇ ਦਿਨੇਸ਼ ਤੇ ਸੋਨੀਆ ਬਾਹਰ ਗਲੀ 'ਚ ਦੌੜ ਗਏ ਅਲਕਾ ਨੇ ਮਗਰੋਂ ਉੱਚੀ ਹਾਕ ਮਾਰੀ ਦਿਨੂ ਬੇਟੇ ਉਹ ਮੁੜ ਆਇਆ ਹਾਂ ਮੰਮੀ ਬੇਟਾ ਰੋਹਿਤ ਨੂੰ ਨਾਲ ਲੈ ਕੇ ਜਾਓ ਇਹ ਵੀ ਖੇਡੇਗਾ ਤੁਹਾਡੇ ਨਾਲ ਤੇ ਫਿਰ ਰੋਹਿਤ ਨੂੰ ਗਿਆ ਜਾਂ ਰੋਹੀ ਤੂੰ ਵੀ ਜਾ ਮੁੰਟੂ ਗਲਾਂ ਹੌਲੀ ਹੌਲੀ ਦਿਨੇਸ਼ ਮਗਰ ਤੁਰਨ ਲੱਗਿਆ ਸੋਨੀਆ ਆਈ ਤੇ ਰੋਹਿਤ ਦੀ ਬਾਹ ਫੜ ਕੇ ਉਹਨੂੰ ਗਲੀ ਚ ਘੜੀਸ ਦੀ ਭੱਜਣ ਲੱਗੀ ਅਲਕਾ ਰੇਸ਼ਮਾ ਸੁਦੀਪ ਮਕਾਨ ਦੀ ਛੱਤ ਤੇ ਚੜ ਗਏ ਗਰਮੀ ਦਾ ਮਹੀਨਾ ਸੀ ਉੱਤੇ ਤਾਜ਼ੀ ਹਵਾ ਵਗ ਰਹੀ ਸੀ ਰੇਸ਼ਮਾ ਅਸਮਾਨ ਵੱਲ ਚਾੱਕ ਕੇ ਕਹਿਣ ਲੱਗੀ ਇੱਥੇ ਵੀ ਅੰਮ੍ਰਿਤਸਰ ਵਾਲਾ ਹਾਲ ਹੈ ਦੀਦੀ ਨਿਖਰੇ ਆਕਾਸ਼ ਤਾਂ ਦਿਸਦਾ ਹੀ ਨਹੀਂ ਕਿੰਨੀ ਧੂੜ ਹੈ ਕਿੰਨਾ ਧੂਆਂ ਆਇ ਤਾਂ ਹੈ ਇੱਕ ਤਾਂ ਬਟਿੰਡੇ ਚ ਰੇਲ ਗੱਡੀਆਂ ਦਾ ਧੂਆਂ ਬਹੁਤ ਰਹਿੰਦਾ ਹੈ ਦਿਨ ਰਾਤ ਦੂਜੇ ਥਰਮਲ ਪਲਾਂਟ ਆਬਾਦੀ ਵੀ ਬਹੁਤ ਗਈ ਬਹੁਤ ਵੱਧ ਗਈ ਹੈ ਇੰਨੀਆਂ ਕਾਰਾਂ ਟਰੱਕ ਟੈਂਪੋ ਫਿਰ ਘਰਾਂ ਦਾ ਧੂਆ ਅਜੇ ਤਾਂ ਤੜਕੇ ਪਤਾ ਲੱਗੂ ਜਦੋਂ ਇੰਚ ਇੰਚ ਸਵਾ ਕੱਪੜਿਆਂ ਤੇ ਜੰਮੀ ਪਈ ਹੋਈ ਸੁਦੀਪ ਨੇ ਰੇਸ਼ਮਾ ਨੂੰ ਹੈਰਾਨ ਕੀਤਾ ਉਹ ਕਿਵੇਂ ਜੀਜਾ ਜੀ ਉਤਸੁਕ ਸੀ ਇਹ ਥਰਮਲ ਪਲਾਂਟ ਹੈ ਨਾ ਇਹਦੇ ਕਰਕੇ ਅਸਮਾਨ ਚ ਉੱਡੀ ਸਵਾ ਤੜਕੇ ਦੇ ਸਾਫ ਵਾਯੂ ਮੰਡਲ ਚ ਧਰਤੀ ਤੇ ਉਤਰ ਆਉਂਦੀ ਹੈ ਹੁਣ ਬਾਹਰ ਕੋਈ ਭਾਂਡਾ ਰੱਖਦੇ ਉਹ ਸਵੇਰੇ ਉਂਗਲ ਫੇਰ ਕੇ ਦੇਖੋ ਸਵਾ ਜੰਮੀ ਹੋਈ ਹੁੰਦੀ ਹੈ ਸਦੀਪ ਬੋਲ ਰਿਹਾ ਸੀ ਕਿੰਨੇ ਕਿੰਨੇ ਬਸ ਸੁਆਹ ਹੁੰਦੀ ਹੈ ਤੁਸੀਂ ਇੰਚ ਇੰਚ ਗਹਿ ਰਹੇ ਸੀ ਉਹ ਤਾਂ ਕਹਿਣ ਦੀ ਗੱਲ ਹੈ ਬੁੜੀਆਂ ਕਹਿੰਦੀਆਂ ਨਹੀਂ ਹੁੰਦੀਆਂ ਨਾ ਲੈ ਮੁੰਡਿਆਂ ਗਿੱਟਿਆਂ ਤੇ ਮਨ ਮਨ ਮੈਲ ਜੰਮੀ ਹੋਈ ਹੈ ਇਹ ਮੈਲ ਮਨ ਪੱਕੀ ਥੋੜਾ ਵੀ ਉਹ ਨਿੱਕਾ ਨਿੱਕਾ ਹੱਸਣ ਲੱਗਿਆ ਤੁਸੀਂ ਜੀਜਾ ਸਾਲੇ ਕਰੋ ਗੱਲਾਂ ਮੈਂ ਤਾਂ ਚੱਲੀ ਬਰਤਨ ਸਾਫ਼ ਕਰਾਂ ਅਲਕਾ ਥੱਲੇ ਉਤਰ ਗਈ ਹਾਂ ਕੀ ਕਹਾਣੀ ਹੈ ਕਿਹੜੀ ਜਿਹੜੀ ਤੂੰ ਸੁਣਾਉਣਾ ਚਾਹੁੰਦੀ ਹੈ ਆਖੇ ਲਿਖੋ ਅੱਛਾ ਅੱਛਾ ਰੇਸ਼ਮਾਂ ਜੀ ਵੀ ਆਪਣੇ ਅੰਦਰ ਉਤਰਨ ਲੱਗੀ ਹੋਵੇ ਗਸਨ ਲਗੇ ਅੰਮ੍ਰਿਤਸਰ ਜਿੱਥੇ ਅਸੀਂ ਰਹਿੰਦੇ ਆ ਨਾ ਹੁਣ ਮਤਲਬ ਜਿਹੜਾ ਉਹਨਾਂ ਦਾ ਪੁਰਾਣਾ ਮਕਾਨ ਹੈ ਸਾਡੇ ਗਵਾਨ ਸੀ ਇੱਕ ਔਰਤ ਹੈ ਕੋਮਲ ਹੈ ਉਹਦਾ ਨਾਮ खासा ਚੰਗਾ ਵਪਾਰ ਆ ਉਹਦੇ ਹਸਬੰਦ ਦਾ ਉਹ ਦੋ ਭਾਈ ਨੇ ਛੋਟਾ ਉਹਦੇ ਨਾਲ ਹੀ ਕੰਮ ਕਰਦਾ ਹੈ ਤੇ ਉਹਦੇ ਹਸਬੰਦ ਤੋਂ ਕਾਫੀ ਛੋਟਾ ਹੋਣਾ ਹੈ ਛੋਟੇ ਦੀ ਉਮਰ ਤੀ 35 32 ਸਾਲ ਹੋਏਗੀ ਪਹਿਲਾਂ ਤਾਂ ਅਸੀਂ ਸੋਚਦੇ ਹੁੰਦੇ ਛੋਟਾ ਵਿਆਹ ਕਿਉਂ ਨਹੀਂ ਕਰਾਉਂਦਾ ਚੰਗਾ ਸੋਨਾ ਜਵਾਨ ਹੈ ਕਮਾਉਂਦਾ ਹੈ ਪਰ ਵਿਆਹ ਫਿਰ ਅਸੀਂ ਅੰਦਾਜ਼ਾ ਲਾਇਆ ਕਰੀਏ ਵੀ ਪਰਜਾਈ ਨਾਲ ਉਹਦੇ ਸਬੰਧ ਹੋਣਗੇ ਪਰਜਾਈ ਉਹਦਾ ਵਿਆਹ ਨਹੀਂ ਹੋਣ ਦਿੰਦੀ ਪਰ ਗੱਲ ਤਾਂ ਉਲਟੀ ਨਿਕਲੀ ਹੁਣ ਕੋਮਲ ਉਹਦੀ ਪਰਜਾਈ ਦੇ ਨੋਂ ਦਿਨ ਸੁੱਕੀ ਜਾਂਦੀ ਐ ਐਸ ਗਲੀ ਗਵਾਂਢ ਸਾਰਾ ਕਿਸੇ ਨੂੰ ਪਤਾ ਐ ਵਿਚਲੀ ਗੱਲ ਕੀ ਐ ਉਹ ਛੋਟਾ ਜਿਹਾ ਵਿਆਹ ਲਿਆ ਨਾ ਘਰ ਵਾਲੀ 2-4 ਵਾਰ ਆਈ ਫਿਰ ਕਈ ਮਹੀਨੇ ਆਈ ਨਾ ਤੇ ਫਿਰ ਉਹਨਾਂ ਦੇ ਘਰ ਛੋਟੇ ਮੁੰਡੇ ਦੇ ਸਹੁਰਿਆਂ ਦੇ ਫੋਨ ਆਇਆ ਕਰਨ ਕੁਸਰਮੁਸਰ ਜੀ ਹੁੰਦੀ ਰਿਹਾ ਕਰੇ ਪਤਾ ਭਾਈ ਕੋਈ ਨਾ ਲੱਗੇ ਕਿਸੇ ਨੂੰ ਫਿਰ ਛੋਟੀ ਦੀ ਬਹੂ ਆ ਗਈ ਫਿਰ ਕੀ ਹੋਇਆ ਅਸੀਂ ਇੱਕ ਹੋਰ ਗੱਲ ਦੇਖੀ ਜਦੋਂ ਬਹੁਤ ਉੱਥੇ ਨਹੀਂ ਸੀ ਛੋਟਾ ਬਰਾ ਖੁਸ਼ ਰਹਿੰਦਾ ਤੇ ਜਦੋਂ ਫੇਰ ਮੁੜ ਕੇ ਆ ਗਿਆ ਤੇ ਉਦਾਸ ਰਹਿਣ ਲੱਗਿਆ ਮੂੰਹ ਲਟਕਾਈ ਰੱਖਿਆ ਕਰੇ ਫਿਰ ਕਈ ਮਹੀਨਿਆਂ ਵਿੱਚ ਉਹ ਸਹਿਜ ਹੋ ਗਿਆ ਉਹਦੀ ਬਹੂ ਵੀ ਟੈਕਣ ਲੱਗੀ ਫਿਰ ਬਹੂ ਕੋਲ ਇੱਕ ਮੁੰਡਾ ਹੋ ਗਿਆ ਫੇਰ ਇੱਕ ਹੋਰ ਮੁੰਡਾ ਹੁਣ ਦੋ ਮੁੰਡੇ ਨੇ ਉਹਦੇ ਕੀ ਗੱਲ ਬਣੀ ਇਹ ਕੋਈ ਲਿਖਣ ਵਾਲੀ ਗੱਲ ਹੈ ਇਹ ਤਾਂ ਆਮ ਜਿਹੀ ਘਰੇਲੂ ਵਾਰਤਾ ਹੈ ਸੁਦੀਪ ਨੇ ਕਿਹਾ ਫਿਰ ਪੁੱਛਣ ਲੱਗਾ ਹੋਰ ਸੁਣਾ ਤਰਸੀਮ ਲਾਲ ਦਾ ਕੀ ਹਾਲ ਉਹ ਗੱਲਾਂ ਕਰ ਹੀ ਰਹੇ ਸੀ ਕਿ ਥੱਲੇ ਉਹਨਾਂ ਨੂੰ ਬੱਚਿਆਂ ਦਾ ਰੌਲਾ ਸੁਣਿਆ ਚੀਕਦੇ ਭੱਜੇ ਆਉਂਦੇ ਤਿੰਨੇ ਬੱਚੇ ਸੁਦੀਪ ਨੇ ਜੰਗਲੇ ਉੱਤੋਂ ਦੀ ਸਿਰ ਕੱਢ ਕੇ ਪੁੱਛਿਆ ਹਲਕਾ ਕੀ ਹੋ ਗਿਆ ਉਹ ਰਸੋਈ ਤੋਂ ਬਾਹਰ ਹੋਈ ਪੁੱਛਿਆ ਕੀ ਆਖਿਆ ਜੀ ਇਹ ਜੁਆਕਾਂ ਨੂੰ ਕੀ ਹੋ ਗਿਆ ਚਿੱਤਰਹਾਰ ਕਹ ਕੇ ਰਸੋਈ ਅੰਦਰ ਫੇਰ ਚਲੀ ਗਈ ਰੇਸ਼ਮਾ ਉੱਥੇ ਦੀ ਉੱਥੇ ਖੜੀ ਰਹੀ ਉਹਨੇ ਪੁੱਛਿਆ ਸੁਦੀਪ ਕਹਿੰਦਾ ਟੀਵੀ ਕਲਚਰ ਅੱਛਾ ਚਿੱਤਰਹਾਰ ਦਾ ਵੇਲਾ ਹੋ ਗਿਆ ਅੱਜ ਬੁੱਧਵਾਰ ਹੈ ਨਾ ਤਰਸੀਮ ਲਾਲ ਜੀ ਖੁਸ਼ ਨੇ ਸੁਦੀਪ ਨੇ ਮੁੜ ਕੇ ਗੱਲ ਛੇੜੀ ਉਹ ਵੀ ਦੱਸਦੀਆਂ ਪਰ ਤੁਸੀਂ ਪੂਰੀ ਗੱਲ ਤਾਂ ਸੁਣੀ ਨਹੀਂ ਕਿਹੜੀ ਉਹ ਚੋਂ ਕਿ ਉਹ ਕਹਾਣੀ ਜਿਹੜੀ ਮੈਂ ਸੁਣਾ ਰਹੀ ਸੀ ਉਹ ਤਾਂ ਮੁੱਕ ਗਈ ਨਹੀਂ ਅਸਲੀ ਗੱਲ ਤਾਂ ਅਜੇ ਰਹਿੰਦੀ ਹੈ ਚੰਗਾ ਬਾਕੀ ਜੋ ਹੈ ਉਹ ਵੀ ਸੁਣਾ ਦੇ ਉਹ ਛੋਟੇ ਮੁੰਡੇ ਦੀ ਬਹੂ ਤੇ ਜਿਹੜੇ ਦੋ ਮੁੰਡੇ ਨੇ ਨਾ ਕੋਮਲ ਕਹਿੰਦੀ ਹੈ ਉਹਦੇ ਹਸਬੰਡ ਦੇ ਮੁੰਡੇ ਨੇ ਇਹ ਕਿਵੇਂ ਬਈ ਕੋਮਲ ਨੂੰ ਜਦੋਂ ਇਸ ਭੇਦ ਦਾ ਪਤਾ ਲੱਗਾ ਤਾਂ ਉਹ ਉਹਨੇ ਘੱਟ ਗਲੇਸ਼ ਪਾ ਕੇ ਦਿਓਰ ਨੂੰ ਅੱਡ ਕਰ ਦਿੱਤਾ ਪਰ ਉਹਦਾ ਹਸਬੰਡ ਉੱਥੇ ਵੀ ਜਾਂਦਾ ਰਹਿੰਦਾ ਛੋਟੇ ਦੇ ਘਰ ਅੱਛਾ ਤੇ ਛੋਟੇ ਭਾਈ ਨੂੰ ਪਤਾ ਸਾਰਾ ਉਹਨਾਂ ਦਾ ਬਿਜ਼ਨਸ ਬਿਜ਼ਨਸ ਅਜੇ ਵੀ ਸੰਜੇ ਬਸ ਘਰ ਦੋ ਹੋ ਗਏ ਛੋਟਾ ਭਾਈ ਕਿਵੇਂ ਸਹਿਣ ਕਰੀ ਜਾਂਦਾ ਸਭ ਮਰਦ ਉਹ ਕਦੇ ਵੀ ਨਹੀਂ ਸੀ ਫਿਰ ਉਹਨੇ ਵਿਆਹ ਕਿਉਂ ਕਰਾਇਆ ਪਹਿਲਾਂ ਨਹੀਂ ਪਤਾ ਹੋਣਾ ਉਹਨੂੰ ਸੰਦੀਪ ਇੱਕ ਬਿੰਦਗੰਭੀਰ ਹੋ ਗਿਆ ਫਿਰ ਬੋਲਿਆ ਹਾਂ ਹੁਣ ਬਣਦੀ ਹੈ ਕੁਝ ਕੁਝ ਗੱਲ ਕੋਮਲ ਕਹਿੰਦੀ ਹੈ ਚਾਹੇ ਉਹਦਾ ਹਸਬੰਡ ਉਹਨੂੰ ਵੀ ਬਹੁਤ ਚਾਹੁੰਦਾ ਹੈ ਪਰ ਉਹ ਇਹ ਸਭ ਬਰਦਾਸ਼ਤ ਨਹੀਂ ਕਰਦੀ ਉਹਨੂੰ ਲੱਗਦਾ ਉਹਦਾ ਹਸਬੰਡ ਅੱਧਾ ਕਿਸੇ ਹੋਰ ਦਾ ਐ। ਬਸ ਇਸੇ ਗਮ ਚ ਸੁੱਕਦੀ ਰਹਿੰਦੀ ਐ। ਸਾਰੇ ਕੰਮ ਓਕਾ ਕੇ ਹਲਕਾ ਛੱਤ ਤੇ ਆ ਗਈ ਗੁਟਕੀ। ਅਜੀਜਾ ਸਾਲੀ ਚ ਕੀ ਗੁੱਝੀਆਂ ਗੱਲਾਂ ਹੋ ਰਹੀਆਂ ਨੇ। ਕੋਈ ਖਾਸ ਨਹੀਂ, ਸੁਦੀਪ ਨੇ ਸਹਿਜਤਾ ਨਾਲ ਗਿਆ। ਖਾਸ ਫੇਰ ਕਦੋਂ ਕਰਨੀਆਂ ਨੇ ਜੀਜਾ ਸਾਲੀ ਨੇ? ਨੇਤੇ ਨੂੰ ਯਾਦ ਕਰਦੇ ਹੋ ਹੁਣ ਆ ਗਈ ਐ ਤਾਂ ਕਰੋ ਗੱਲਾਂ ਜੀ ਭਰ ਕੇ ਆਪਣੀ ਲਾਡਲੀ ਨਾਲ। ਆ ਹੁਣ ਤਾਂ ਕਈ ਦਿਨ ਰਹੇਗੀ ਇਹ ਗੱਲਾਂ ਵੀ ਹੁੰਦੀਆਂ ਰਹਿਣਗੀਆਂ ਸੁਦੀਪ ਨੇ ਕਿਹਾ। ਰੇਸ਼ਮਾ ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਈਆਂ ਹਲਕਾ ਨੇ ਪੁੱਛਿਆ। ਜਿੰਨੇ ਦਿਨ ਰੱਖ ਸਕੋ ਅਸੀਂ ਤਾਂ ਕਹਿੰਨੇ ਇੱਥੇ ਹੀ ਰਹਿ। ਹਲਕਾ ਹੱਸਣ ਲੱਗੀ। ਸ਼ਾਇਦ ਇੱਥੇ ਰਹਿਣਾ ਪੈ ਜਾਏ। ਰੇਸ਼ਮਾ ਦੇ ਬੋਲਾਂ 'ਚ ਉਦਾਸੀ ਸੀ। ਪਰ ਮੀਆਂ ਬੀਵੀ ਨੇ ਤਾਂ ਕੋਈ ਨੋਟਿਸ ਨਹੀਂ ਲਿਆ। ਅਗਲੇ ਦਿਨ ਸਵੇਰੇ ਉਹ ਜਾਗੇ ਤਾਂ ਚਾਹ ਪਿੰਦੇ ਵਕਤ ਰੇਸ਼ਮਾ ਬੋਲੀ। ਜੀਜਾ ਜੀ ਅੱਜ ਕਿੱਥੇ ਲੈ ਕੇ ਜਾ ਰਹੇ ਹੋ ਮੈਨੂੰ? ਬਈਵਾ ਤੂੰ ਸਾਡੇ ਕੋਲ ਹੀ ਐ। ਮੈਂ ਤੈਨੂੰ ਹੋਰ ਕਿਧਰੇ ਲੈ ਕੇ ਜਾਣਾ। ਨਹੀਂ ਮੇਰਾ ਮਤਲਬ ਇੱਥੇ ਬਠਿੰਡੇ 'ਚ ਕਿਹੜੀ ਥਾਂ ਦੇਖਣ ਵਾਲੀ ਐ। ਕਹਿਣ ਨੂੰ ਤਾਂ ਕਹੀ ਨਹੀਂ ਪਰ ਕੀ ਪਤਾ ਉਹ ਤੇਰੇ ਦੇਖਣ ਵਾਲੀ ਥਾਂ ਹੋਵੇ ਕੀ ਜਾਂ ਨਹੀਂ ਮਸਲਾ। ਪਟੰਡੇ ਦਾ ਕਿਲਾ ਬਹੁਤ ਮਸ਼ਹੂਰ ਹੈ ਰਜ਼ੀਆ ਸੁਲਤਾਨਾ ਇਸਕੇ ਲਈ ਚਿਰਾਂ ਕਿ ਰਾਜ ਕਰਦੀ ਰਹੀ ਹੈ ਇਤਿਹਾਸਕ ਕਿਲਾ ਹੋਰ ਨਵੀਆਂ ਥਾਵਾਂ ਚੋਂ ਥਰਮਲ ਪਲਾਂਟ ਕਹਿ ਸਕਦੇ ਆ ਇਹਦਾ ਨਾਲ ਹੀ ਰੋਜ਼ ਗਾਰਡਨ ਹੈ ਪੁਰਾਣੀਆਂ ਚ ਸੱਤ ਲਾਈਨਾਂ ਵਾਲਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦਾ ਹਰ ਤਾਂ ਇੱਕੋ ਜਿਹਾ ਹੁੰਦੇ ਉਹਦੇ ਚ ਕੁਝ ਨਵਾਂ ਨਹੀਂ ਹੋਏਗਾ ਉਹ ਛੱਡੋ ਕੈਂਟ ਹੈ ਉਹਦੇ ਚ ਵੀ ਨਵਾਂ ਕੁਝ ਨਹੀਂ ਛੌਣੀਆਂ ਸਭ ਤਾਂ ਇੱਕੋ ਜੀਆਂ ਹੁੰਦੀਆਂ ਨੇ ਹੈਨਾ ਉਹ ਹੱਸਿਆ ਅੱਛਾ ਚਲੋ ਰੋਜ਼ ਗਾਰਡਨ ਚੱਲਦੇ ਆ ਰੇਸ਼ਮਾ ਨੇ ਲਾਚੜ ਕੇ ਕਿਹਾ ਠੀਕ ਹੈ ਤੇ ਫਿਰ ਸੁਦੀਪ ਹਲਕਨ ਗਿਆਨ ਲਗਾ ਆਲੂਆਂ ਵਾਲੇ ਪਰਾਂਠੇ ਪਕਾ ਲੈ ਕੋਈ ਅਚਾਰ ਲੈ ਚੱਲ ਅੰਡਿਆਂ ਦੀ ਪੁਰਜੀ ਨਾਸ਼ਤਾ ਉੱਥੇ ਹੀ ਕਰਾਂਗੇ 12 ਵਜੇ ਤੋਂ ਪਹਿਲਾਂ ਵਾਪਸੀ ਫਿਰ ਤਾਂ ਧੁੱਪ ਬਹੁਤ ਠੇਹੀ ਹੋ ਜਾਂਦੀ ਹੈ ਤੁਸੀਂ ਦਫ਼ਤਰੋਂ ਅੱਜ ਛੁੱਟੀ ਲੈ ਲਓ ਰੇਸ਼ਮਾ ਨੇ ਕਿਹਾ ਛੁੱਟੀ ਮੈਂ ਕਿਤੋਂ ਲੈਣੀ ਹੈ ਇੱਥੇ ਗਵਾਂਟ ਚ ਕਲਰਕ ਕੁੜੀ ਨੂੰ ਫੋਨ ਕਰ ਦੇਣਾ ਬਸ ਨਵਾਂ ਇਸ਼ੂ ਕੱਲ ਪੋਸਟ ਹੋ ਗਿਆ ਸੀ ਅੱਜ ਮੈਟਰ ਦੇਣਾ ਪ੍ਰੈਸ ਨੂੰ ਕੱਲ ਦੇ ਦੇਾਂਗੇ ਬਸ ਲਾਲ ਲਾ ਖੈਰ ਸਲਾ ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਦਿਨੇਸ਼ ਤੇ ਸੋਨੀਆ ਆਪਣੇ ਬਸਤੀਆਂ ਚੋਂ ਕਾਪੀਆਂ ਕੱਢ ਕੇ ਛੁੱਟੀ ਦੀ ਅਰਜ਼ੀ ਲਿਖਣ ਲੱਗੇ। ਰੇਸ਼ਮਾ ਨੇ ਤਿੰਨਾਂ ਬੱਚਿਆਂ ਨੂੰ ਤਿਆਰ ਕਰ ਦਿੱਤਾ। ਫਿਰ ਆਪ ਵੀ ਨਹਾ ਕੇ ਤਿਆਰ ਹੋ ਗਈ। ਓਨੇ ਦੇਰ ਤੱਕ ਸੁਦੀਪ ਅਖਬਾਰ ਪੜ੍ਹਦਾ ਰਿਹਾ। ਅਲਕਾ ਨੇ ਆਲੂਵਾਲ ਨੇ ਉਬਲਣੇ ਧਰ ਦਿੱਤੇ ਫਿਰ ਸੁਦੀਪ ਨਹਾ ਲਿਆ। ਬੱਚੇ ਸਵੇਰ ਦਾ ਟੈਲੀਵਿਜ਼ਨ ਵੇਖਣ ਲੱਗੇ। ਅਲਕਾ ਪਰਾਂਠੇ ਪਕਾ ਰਹੀ ਸੀ। ਰੇਸ਼ਮਾ ਸੁਦੀਪ ਨੂੰ ਲੈ ਕੇ ਬੈਠ ਗਈ। ਉਹ ਇੱਕ ਅਲੱਗ ਕਮਰੇ 'ਚ ਸੀ। ਰੇਸ਼ਮਾ ਕਹਿ ਰਹੀ ਸੀ ਜੀਜਾ ਜੀ ਲਓ ਮੈਂ ਤੁਹਾਨੂੰ ਇੱਕ ਹੋਰ ਦੀ ਸੱਚੀ ਕਹਾਣੀ ਸੁਣਾਉਣੀ। ਕੱਲ ਜੋ ਸੁਣਾਈ ਸੀ ਉਹ ਸੱਚੀ ਨਹੀਂ ਸੀ ਉਹ ਵੀ ਸੱਚੀ ਸੀ ਇੱਕ ਹੋਰ ਸੁਣਾ ਇਹ ਵੀ ਲਿਖਿਓ ਚਲ ਸੁਣਾ ਦੇ ਉਹ ਔਰਤ ਨੇ ਖੁਦ ਮੈਨੂੰ ਇਹ ਗੱਲ ਸੁਣਾਈ ਸੀ ਦੋ ਦੋਸਤ ਨੇ ਉੱਥੇ ਅਮ੍ਰਿਤਸਰ ਰੇ ਇੱਕ ਧਾਗਾ ਫੈਕਟਰੀ ਚ ਕੰਮ ਕਰਦੇ ਨੇ ਲੋ ਜੀ ਬੜਾ ਪਿਆਰ ਦੋਵਾਂ ਚ ਸਕੇ ਭਰਾਵਾਂ ਤੋਂ ਵੱਧ ਤੇ ਜਿਵੇਂ ਇੱਕ ਨੂੰ ਦੂਜੇ ਸਾਹ ਹੁੰਦਾ ਹੋਵੇ ਇੱਕੋ ਖਾਣ ਪੀਣ ਇੱਕੋ ਜੇ ਕੱਪੜੇ ਪਾਉਂਦੇ ਮਿੱਤਰ ਮੰਡਲ ਮਿੱਤਰ ਮੰਡਲ ਤੋਂ ਫਿਰ ਇੱਕ ਦਾ ਵਿਆਹ ਹੋ ਗਿਆ ਸ਼ਾਦੀशुदा ਬੰਦੇ ਨੇ ਆਪਣੀ ਘਰ ਵਾਲੀ ਨੂੰ ਪਹਿਲੇ ਦਿਨ ਹੀ ਕਹਿਤਾ ਕਿ ਉਹਦੇ ਦੋਸਤ ਨੂੰ ਆਪਣਾ ਪਤੀ ਸਮਝੇ ਉਹਨਾਂ 'ਚ ਕੋਈ ਫਰਕ ਨਹੀਂ ਉਹ ਚੀਜ਼ ਵੰਡ ਕੇ ਖਾਂਦੇ ਨੇ ਪਤੀ ਦੀ ਗੱਲ ਸੁਣ ਕੇ ਉਹਦੇ ਜਿਵੇਂ ਆਸਾਨ ਹੀ ਮਾਰੇ ਗਏ ਉਹਦੀ ਹੋਸ਼ ਉੱਡ ਗਈ ਉਹਨੂੰ ਕੋਈ ਸਮਝ ਨਾ ਆਈ ਕਿ ਉਹ ਬੁਰਾ ਕਰ ਰਹੀ ਹੈ ਸੁਪਨੇ ਜੀ ਜ਼ਿੰਦਗੀ 'ਚ ਕਈ ਮਹੀਨੇ ਲੰਘ ਗਏ ਉਹਨਾਂ ਨੂੰ ਬੱਚਾ ਹੋਣਾ ਪਰ ਉਹਨੂੰ ਸੋਝੀ ਨਹੀਂ ਕਿ ਉਹ ਆਪਣੇ ਆਉਣ ਵਾਲੇ ਬੱਚੇ ਦੇ ਚਿਹਰੇ 'ਚ ਕਿਸ ਮਰਦ ਦੀ ਨੁਹਾਰ ਦੇਖੇਗੀ ਕੁਝ ਉਹਦੇ ਅੰਦਰੋਂ ਖੁਰਦਾ ਰਹਿੰਦਾ ਵਿਆਦਾ ਸੰਕਲਪ ਕਦੇ ਉਹਦੇ ਚੇਤੇ ਚ ਆਇਆ ਹੀ ਨਹੀਂ ਵਿਆਹ ਦੇ ਨਾਂ ਉੱਤੇ ਉਹਨੂੰ ਵੇਸਵਾਪਣ ਮਿਲਿਆ ਉਹ ਵੀ ਨਹੀਂ ਸੋਚ ਸਕਦੀ ਕਿ ਹੁਣ ਕੀ ਕੀਤਾ ਜਾਏ ਉਹਦਾ ਪਤੀ ਉਹਨੂੰ ਤਾਂ ਛੱਡ ਸਕਦਾ ਆਪਣੇ ਦੋਸਤ ਨੂੰ ਕਦੇ ਨਹੀਂ ਛੱਡੇਗਾ ਪਲਾਸਟਿਕ ਦੀ ਟੋਕਰੀ 'ਚ ਖਾਣ ਪੀਣ ਦਾ ਸਾਰਾ ਸਮਾਨ ਪਾ ਕੇ ਉਹ ਚੱਲ ਪਏ ਘਰ ਨੂੰ ਬਾਹਰੋਂ ਜਿੰਦਾਲਾ ਤਾਂ ਕਾਫੀ ਦਿਨ ਚੜਾਇਆ ਸੀ ਉਹ ਬਾਜ਼ਾਰ 'ਚ ਆ ਗਏ ਰਿਕਸ਼ਿਆਂ ਦੀ ਇੰਤਜ਼ਾਰ ਕਰਨ ਲੱਗੇ ਸੁਦੀਪ ਇੱਕ ਦੁਕਾਨ ਤੇ ਗਿਆ ਆਪਣੇ ਦਫ਼ਤਰ ਦੇ ਕਲਰਕ ਕੁੜੀ ਨੂੰ ਫੋਨ ਕਰ ਦਿੱਤਾ ਉਦੋਂ ਤੱਕ ਉਹ ਦਫ਼ਤਰ ਆ ਚੁੱਕੀ ਸੀ ਦੋ ਰਿਕਸ਼ਿਆਂ ਚੋਂ ਜਾ ਰਹੇ ਸੀ ਰਾਜ ਸੜਕ ਤੇ ਦੋ ਨਵੇਂ cinema ਘਰ ਆਏ ਰੇਸ਼ਮਾ ਸੁਦੀਪ ਨਾਲ ਬੈਠੀ ਸੀ ਨਾਲ ਹੀ ਰੇਸ਼ਮਾ ਦਾ ਮੁੰਡਾ ਰੋਹਿਤ ਅਲਕਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਦੂਜੇ ਰਿਕਸ਼ੇ 'ਚ ਟੋਕਰੀ ਵਿਉ ਦੇ ਕੋਲ ਸੀ ਸੁਦੀਪ ਨੇ ਦੱਸਿਆ ਕਿ ਇਹ ਦੋਵੇਂ cinema ਘਰ ਬਠਿੰਡੇ ਦੀ ਨਵੀਂ ਉਹ ਸਾਰੀ ਵੇਲੇ ਬਣੀ ਹੈ ਨਹੀਂ ਤਾਂ ਪਹਿਲਾਂ ਬਠਿੰਡੇ 'ਚ ਸਿਰਫ ਇੱਕ cinema ਘਰ ਹੁੰਦਾ ਸੀ ਤੇ ਹੁਣ ਉਹ ਬੰਦ ਪਿਆ ਹੈ ਉਹਦਾ ਕੋਈ ਝਗੜਾ ਚੱਲ ਰਿਹਾ ਹੈ ਰੇਸ਼ਮਾ ਨੇ ਦੋਵੇਂ ਸਿਰਮੀਆਂ ਦੇ ਬੋਡਾਂ ਵੱਲ ਝਾਤ ਮਾਰੀ ਕਿ ਕਿਹੜੀ ਕਿਹੜੀ ਪਿਕਚਰ ਲੱਗੀ ਹੈ ਪਰ ਪਿਕਚਰ ਦੇਖਣ ਦੀ ਦਿਲਚਸਪੀ ਨਹੀਂ ਦਿਖਾਈ ਨਹੀਂ ਤਾਂ ਨਵੀਂ ਫਿਲਮ ਦਾ ਨਾਮ ਸੁਣ ਕੇ ਉੱਟ ਪੁੱਠਿਆ ਕਰਦੀ ਸੀ ਜੀਜਾ ਜੀ ਹਾਏ ਫਿਲਮ ਤਾਂ ਮੈਂ ਜ਼ਰੂਰ ਦੇਖਾਂਗੀ ਪਰ ਇਹ ਗਲਾਮਰੀ ਸਰਦੀਆਂ ਜਦੋਂ ਕੁਵਾਰੀ ਹੁੰਦੀ ਜਦੋਂ ਉਹ ਵਕਤ ਦੇ ਚ ਮੇਲਿਆਂ ਚ ਤਿਲ ਮਾਤਰ ਵੀ ਨਹੀਂ ਫਸੀ ਸੀ ਵਿਆਹ ਨੇ ਪਤਾ ਨਹੀਂ ਹੁਣ ਉਹਨੂੰ ਇੰਨਾ ਗੰਭੀਰ ਕਿਉਂ ਕਰ ਦਿੱਤਾ ਸੀ ਉਹ ਐਸੀ ਸਮਝਦਾਰ ਜੀ ਕਿਉਂ ਬਣ ਗਈ ਸੀ ਉਹਦੀਆਂ ਸਮਝਾਂ ਨੇ ਤਾਂ ਜਿਵੇਂ ਉਹਨੂੰ 10 ਵਰੇਆਂ ਗਾਂ ਲਾ ਜਾ ਕੇ ਕਿਸੇ ਉਦਾਸ ਜੀ ਫਿਜ਼ਾਜ ਖੜਾ ਕਰ ਦਿੱਤਾ ਹੋਵੇ ਸਦੀਪ ਸੋਚ ਰਿਹਾ ਸੀ ਰੇਸ਼ਮਾ ਆਪਣੇ ਸੱਸ ਸੋਰੇ ਕਿਸੇ ਆਨੰਦ ਦੇ ਹੋਰ ਜਾਂ ਪਰਸੀਮ ਲਾਲ ਦੀ ਗੱਲ ਕਿਉਂ ਨਹੀਂ ਕਰਦੀ ਹੋਰਾਂ ਦੀਆਂ ਕਹਾਣੀਆਂ ਸੁਣਾਉਂਦੀ ਜਾ ਰਹੀ ਹੈ ਰੋਜ਼ ਗਾਰਡਨ ਜਾ ਕੇ ਪਹਿਲਾਂ ਤਾਂ ਉਹਨਾਂ ਸਭ ਨੇ ਫਿਰ ਤੁਰ ਕੇ ਫੁੱਲਾਂ ਦੇ ਬੂਟੇ ਦੇਖੇ ਹਰ ਕਿਆਰੀ ਦੀ ਤਖਤੀ ਪੜਦੇ ਜਾ ਰਹੇ ਸੀ ਸੁਦੀਪ ਖਾਸ ਤੌਰ ਤੇ ਰੇਸ਼ਮਾ ਨੂੰ ਫੁੱਲਾਂ ਬਾਰੇ ਦੱਸ ਰਿਹਾ ਸੀ ਬੱਚਿਆਂ ਨੂੰ ਫੁੱਲ ਬੂਟੇ ਵੇਖਣ ਦਾ ਕੋਈ ਖਾਸ ਚਾਰ ਨਹੀਂ ਸੀ ਉਹ ਤਾਂ ਇੱਕ ਦੂਜੇ ਨੂੰ ਛੇੜਦੇ ਭੱਜਦੇ ਦੂਰ ਨਿਕਲ ਜਾਂਦੇ ਫਿਰ ਉਧਰੋਂ ਭੱਜੇ ਆਉਂਦੇ ਤੇ ਮੰਮੀਆਂ ਕੋਲ ਆ ਖੜਦੇ ਮੰਮੀਆਂ ਦੇ ਹੱਥ ਦੀਆਂ ਉਂਗਲਾਂ ਫੜ ਕੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ ਘੰਟਾ ਭਰ ਘੁੰਮ ਫਿਰ ਕੇ ਉਹਨਾਂ ਨੇ ਇੱਕ ਟੂਟੀ ਤੋਂ ਪਾਣੀ ਪੀਤਾ ਫਿਰ ਇੱਕ ਵੱਡੇ ਸਾਰੇ ਥੜੇ ਦੀ ਛਾਂ 'ਚ ਘਾਹ ਤੇ ਬੈਠ ਗਏ ਬੱਚੇ ਟਿੱਕੇ ਨਹੀਂ ਬੈਠ ਰਹੇ ਸੀ ਅਲਕਾ ਉਹਨਾਂ ਨੂੰ ਝਿੜਕ ਝਿੜਕ ਬਿਠਾਉਂਦੀ ਪਰ ਉਹ ਝੜਕਾਂ ਦੀ ਕੋਈ ਪਰਵਾਹ ਨਾ ਕਰਦੇ ਤੇ ਉੱਠ ਕੇ ਇੱਧਰ ਉੱਧਰ ਭੱਜ ਜਾਂਦੇ ਫੁੱਲਾਂ ਤੇ ਬੈਠੀਆਂ ਤਿਤਲੀਆਂ ਵਾਂਗ ਅਲਕਾ ਘਾਹ ਤੇ ਟੇਢੀ ਹੋ ਗਈ ਉਹ ਥੱਕੀ ਥੱਕੀ ਲੱਗਦੀ ਸੀ ਬੱਚੇ ਹੁਣ ਦੂਰ ਜਾ ਚੁੱਕੇ ਸੀ ਦਿੱਦਲੀਆਂ ਮਗਰ ਦੌੜਦੇ ਦੌੜਦੇ ਰੇਸ਼ਮਾਂ ਨੇ ਇੱਕ ਹੋਰ ਕਹਾਣੀ ਛੋਤੀ ਕਹਿ ਰਹੀ ਸੀ ਇਹ ਬਿਲਕੁਲ ਸੱਚੀ ਹੈ ਤੂੰ ਸੱਚੀ ਆ ਕੇ ਸੁਣਾ ਰਹੀ ਹੈ ਤੇ ਮੈਂ ਸੱਚੀ ਸਮਝ ਕੇ ਸੁਣ ਰਿਆ ਸੁਣਾ ਜਿੱਥੇ ਸਾਡਾ ਪੁਰਾਣਾ ਮਕਾਨ ਹਨ ਉਸੇ ਮਹੱਲੇ ਦੀ ਦੂਜੀ ਗਲੀ 'ਚ ਇੱਕ ਹਵੇਲੀ ਹੈ ਛੋਟੀਆਂ ਇੱਟਾਂ ਦੀ ਤੁਸੀਂ ਦੇਖੀ ਹੋਣੀ ਹੈ ਮੇਨ ਗੇਟ ਉੱਚਾ ਜਿਆ ਦਿੱਲੀ ਤੱਕ 3-4 ਪੌੜੀਆਂ ਨੇ ਉਸ ਹਵੇਲੀ ਨੂੰ RAMDAS ਹਵੇਲੀ ਕਹਿੰਦੇ ਨੇ ਸੇ RAMDAS ਬੜਾ ਵੱਡਾ ਵਪਾਰੀ ਸੀ ਕਪੜੇ ਦਾ ਉਹਦੇ ਚਾਰ ਮੁੰਡੇ ਸੀ ਤੇ ਹੁਣ ਤਿੰਨ ਰਹਿ ਗਏ ਇੱਕ ਮਰ ਗਿਆ ਵੱਡੇ ਤੋਂ ਛੋਟਾ ਮਰਨ ਵਾਲਾ ਖਾਨਦਾਨ ਰਿਵਾਇਤ ਉਹਨਾਂ ਦੇ ਪਰਿਵਾਰਾਂ 'ਚ ਬਹੂ ਜੇ ਰੰਡੀ ਹੋ ਜਾਏ ਤਾਂ ਮਾਪੇ ਉਹਦਾ ਦੂਜਾ ਵਿਆਹ ਨਹੀਂ ਕਰਦੇ ਉਹ ਸੌਰੀ ਘਰੀ ਆਪਣੀ ਸਾਰੀ ਉਮਰ ਬਤਾ ਦਿੰਦੀ ਹੈ ਉਹਦਾ ਇੱਕ ਬੱਚਾ ਵੀ ਹੈ ਉਹਨੂੰ ਵੱਖਰਾ ਕਮਰਾ ਦਿੱਤਾ ਹੋਇਆ ਸਾਰਾ ਟੱਬਰ ਇਕੱਠਾ ਹੈ ਸਾਰਿਆਂ ਦੀ ਇੱਕ ਥਾਂ ਰੋਟੀ ਬਣਦੀ ਹੈ ਉਹ ਸੌਹਰਤ ਦੇ ਦੋਵੇਂ ਦਿਉਰ ਵਿਆਹੇ ਬਰੇ ਨੇ ਉਹ ਰੰਡੀ ਔਰਤ ਇੰਨਾ ਭਰਾਵਾਂ ਦੀ ਰਖੇਲ ਬਣ ਕੇ ਰਹਿ ਗਈ ਹੈ ਜੇਡ ਕੋਈ ਵੀ ਮੌਕਾ ਤਾੜ ਕੇ ਉਹਦੇ ਕਮਰੇ 'ਚ ਆਵੜਦਾ ਦਿਉਰ ਵੀ ਐਵੇਂ ਹੀ ਕਰਦੇ ਨੇ ਉਹ ਆਪਣੇ ਮਾਪੇ-ਬਾਪ ਕੋਲ ਜਾਵੇ ਤਾਂ 57 ਦਿਨਾਂ ਬਾਅਦ ਹੀ ਕੋਈ ਉਹਨੂੰ ਆ ਕੇ ਲੈ ਆਉਂਦਾ ਹੈ। ਕਦੇ-ਕਦੇ ਦਿਉਰ ਤੇ ਕਦੇ ਜੀਠ ਸਾਹਿਬ। ਤੇਨਾਂ ਦੀਆਂ ਬਹੂਆਂ ਨੂੰ ਸਭ ਪਤਾ ਹੈ ਪਰ ਬੋਲਦੀ ਕੁਸਕਦੀ ਕੋਈ ਨਹੀਂ। ਖਾਨਦਾਨੀ ਰੋਹ ਬਹੁਤ ਭਾਰੂ ਹੈ। ਉਹ ਵਿਚਾਰੀ ਘਰ 'ਚ ਖਾਦੀ ਜਾਣ ਵਾਲੀ ਇੱਕ ਵਸਤੂ ਬਣ ਕੇ ਰਹਿ ਗਈ ਹੈ ਜਿਵੇਂ ਕੱਕੜੀ, ਖਰਬੂਜਾ ਜਾਂ ਕੋਈ ਵੀ ਚੀਜ਼। ਫ੍ਰਿਜ 'ਚ ਪਈ ਹੋਈ ਕੋਈ ਵੀ ਫ੍ਰਿਜ ਖੋਲੇ ਤੇ ਛਾਂ ਅੰਸਾਰ ਖਾ ਲਵੇ। ਉਹ ਸੌਰਤ ਨੇ ਕਦੇ ਕੋਈ ਇਨਕਾਰ ਦੀ ਭਾਵਨਾ ਨਹੀਂ ਦਿਖਾਈ। ਸੁਦੀਪ ਨੇ ਪੁੱਛਿਆ, "ਉਹ ਖਾਨਦਾਨੀ ਔਰਤ ਹੈ?" ਭਾਰਤ ਇਹ ਹਵਾ ਬਣੀ ਹੋਈ ਹੈ ਵੀ ਤਿੰਨੇ ਭਰਾ ਆਪਣੀ ਇੱਕ ਵਿਧਵਾ ਪਰਜਾਈ ਦੀ ਕਿੰਨੀ ਸੇਵਾ ਸੰਭਾਲ ਕਰਦੇ ਆ। ਪਤੀ ਜਾਂ ਪਲ ਰਿਹਾ। ਇਹ ਕੋਈ ਵਿਦਰੋਹ ਕਰੇਗੀ ਤਾਂ ਬਾਹਰੀ ਹਵਾ ਖਰਾਬ ਹੋ ਜਾਏਗੀ। ਤੇ ਚੁੱਪਚਾਪ ਸਭ ਸੰਧੀ ਜਾ ਰਹੀ ਹੈ ਖਾਨਦਾਨ ਦੀ ਸਾਉ ਨਹੀਂ ਨੋ ਤੀਜ ਹੋਈ। ਉਂਝ ਕਦੇ ਵੀ ਕੋਈ ਹੋਰ ਘਟਨਾ ਵਾਪਰੀ ਹੋਵੇ। ਹਾਂ ਇਹੀ ਮੈਂ ਤੁਹਾਨੂੰ ਦੱਸਣ ਲੱਗੀ ਸੀ। ਉਹਨਾਂ ਦੀ ਕੱਪੜੇ ਦੀ ਬਹੁਤ ਵੱਡੀ ਦੁਕਾਨ ਹੈ, ਥੋਕਤੀ ਦੁਕਾਨ ਲੱਖਾਂ ਰੁਪਏ ਦਾ ਲੈਣ ਦੇਣ ਰੰਦਾ ਹੈ। ਦੁਕਾਨ ਉੱਤੇ 18-20 ਨੌਕਰ ਵੀ ਕੰਮ ਕਰਦੇ ਆ। ਨੌਕਰ ਕਰ ਵੀ ਕਮਾਕਰਾਂ ਦੇ ਸਿਲਸਿਲੇ 'ਚ ਆਉਂਦੇ ਜਾਂਦੇ ਰਹਿੰਦੇ ਆ। ਇੱਕ ਨੌਕਰ ਮੁੰਡੇ ਨਾਲ ਇੱਕ ਵਾਰ ਉਸ ਰੰਡੀ ਔਰਤ ਦਾ ਸਬੰਧ ਹੋ ਗਿਆ। ਕਿਵੇਂ ਹੋ ਗਿਆ, ਕਦੋਂ ਹੋ ਗਿਆ ਕਿਸੇ ਨੂੰ ਕੋਈ ਪਤਾ ਨਹੀਂ। ਇੱਕ ਦਿਨ ਉਹਨਾਂ ਨੂੰ ਦੇਖ ਲਿਆ। ਜੇਠ ਦੀ ਘਰ ਵਾਲੀ ਨੇ। ਉਹਨੇ ਗਾਂ ਆਪਣੇ ਪਤੀ ਨੂੰ ਦੱਸ ਦਿੱਤਾ ਹਵੇਲੀ 'ਚ ਤੂਫਾਨ ਖੜਾ ਹੋ ਗਿਆ। ਨੌਕਰ ਮੁੰਡੇ ਨੂੰ ਪੁਲਿਸ ਥਾਣੇ ਪਹੁੰਚਾ ਦਿੱਤਾ ਗਿਆ। ਸਪਾਈਆਂ ਨੇ ਉਹਦੀ ਚੰਗੀ ਕਟਾਈ ਕੀਤੀ ਫਿਰ ਸੇਠਾ ਨੇ ਉਹਨੂੰ ਕੰਮ ਤੋਂ ਹਟਾ ਦਿੱਤਾ। ਉਧਰ ਬਹੁ ਨੂੰ 4 ਦਿਨ ਅੰਦਰ ਕਮਰੇ ਵਿੱਚ ਬੰਦ ਰੱਖਿਆ ਗਿਆ ਸੀ। ਨਾ ਰੋਟੀ ਬਣੀ ਨਾ ਪਾਣੀ ਉਹਦੇ ਰੋਂਦੇ ਘਰ ਲਾਉਂਦੇ ਮੁੰਡੇ ਨੂੰ ਚਾਚੀਆਂ ਸੰਭਾਲਦੀਆਂ ਰਹੀਆਂ ਮੁਰਕੇ ਨੌਜਵਾਨ ਨੌਕਰਾਂ ਦਾ ਘਰ ਆਉਣਾ ਜਾਣਾ ਬੰਦ ਦੋ ਚਾਰ ਬੁੱਢੇ ਠੇਰੇ ਹੀ ਆਉਂਦੇ ਅਜੀਬ ਖਾਨਦਾਨੀ ਰਿਵਾਜ ਤਾਂ ਨੇ ਬਈ ਇਹ ਤਾਂ ਮੈਂ ਕਹਾਣੀ ਲਿਖੀ ਤਾਂ ਔਰਤਾਂ ਦੇ ਮੂੰਹ ਨੰਗਾ ਸੱਚ ਬੁਲਵਾ ਦੇਵਾਂਗਾ ਅਜੇ ਇਹ ਖਾਨਦਾਨੀ ਵਕਾਰ ਦਾ ਚੋਰਾਏ ਚ ਭਾਂਡਾ ਪੰਨਣਾ ਚਾਹੀਦਾ ਹੈ ਉਹ ਔਰਤ ਉਸ ਖਾਨਦਾਨ ਦੀ ਝੂਠੀ ਇੱਜ਼ਤ ਨੂੰ ਮਿੱਟੀ ਚ ਮਿਲਾ ਸਕਦੀ ਹੈ ਕਹਾਣੀ ਦਾ ਇਸ ਤਰ੍ਹਾਂ ਦਾ ਹੀ ਕੋਈ ਅੰਤ ਹੋਣਾ ਚਾਹੀਦਾ ਲਿਖੋ ਫਿਰ ਇਸੇ ਕਰਕੇ ਤਾਂ ਤੁਹਾਨੂੰ ਸੁਣਾਈ ਇਹ ਕਹਾਣੀ ਉਹਨਾਂ ਨੇ ਦੇਖਿਆ ਅਲਕਾ ਘਾਟ 23 ਹੋ ਚੁੱਕੀ ਸੀ ਹਵਾ ਚ ਜੇ ਕੁਝ ਠੰਡਕ ਸੀ ਉਹਦੇ ਨਿੱਕੇ ਨਿੱਕੇ ਘਰਾਣੇ ਸੁਗੰਧੀਆਂ ਭਰੀ ਖਾਮੋਸ਼ ਫਿਜ਼ਾ ਚ ਤਰੰਗਾ ਛੇੜ ਰਹੀ ਸੀ ਰੋਜ਼ ਗਾਰਡਨ ਚ ਇਸ ਸਮੇਂ ਬਹੁਤ ਘੱਟ ਲੋਕ ਆਉਂਦੇ ਐ ਸਵੇਰੇ ਤੇ ਡੁੰਗੀ ਸ਼ਾਮ ਨੂੰ ਹੀ ਖਾਸ ਸ਼ੈਲ ਪੈਲ ਹੁੰਦੀ ਐ ਥੋੜੇ ਸਮੇਂ ਬਾਅਦ ਰੋਹਿਤ ਆਉਂਦਾ ਉਹਨੇ ਦੇਖਿਆ ਸੋਨੀਆ ਉਹਨੂੰ ਬਰਿਆਉਂਦੀ ਆ ਰਹੀ ਸੀ ਪੁਰ ਦੀ ਰੀ ਰੀ ਜਾਰੀ ਸੀ ਸੋਨੀਆ ਨੇ ਨੇੜੇ ਆ ਕੇ ਦੱਸਿਆ ਕਿ ਦਿਨੂ ਤੇ ਰੋਹੀ ਦਾ ਇੱਕ ਫੁੱਲ ਪਿੱਛੇ ਝਗੜਾ ਹੋ ਗਿਆ ਦਿਨੂ ਨੇ ਰੋਹੀ ਨੂੰ ਮਾਰਿਆ ਪਿੱਛੇ ਪਿੱਛੇ ਆ ਰਿਹਾ ਦਿਨੇਸ਼ ਰੋਹੀ ਦੀ ਸ਼ਿਕਾਇਤ ਲਾ ਰਿਹਾ ਸੀ ਕਿ ਰੋਹੀ ਨੇ ਉਹਨੂੰ ਗਾਲ ਕੱਢੇ ਰੇਸ਼ਮਾ ਰੋਹਿਤ ਨੂੰ ਗੋਦੀ ਚ ਲੈ ਕੇ ਪਿਆਰ ਕਰਨ ਲੱਗੀ ਬੱਚਿਆਂ ਦਾ ਬਾਲਾ ਸੁਣ ਕੇ ਅਲਕਾ ਜਾਗ ਉੱਠੀ ਤੇ ਅੱਖਾਂ ਮਾਰਨ ਲੱਗੇ ਬੱਚੇ ਕੀ ਟਾਈਮ ਹੋ ਗਿਆ ਨਾਸ਼ਤਾ ਕਰੀਏ ਬੇਗਮ ਸਾਹਾ ਸੁਦੀਪ ਨੇ ਟੁਣਕ ਕੇ ਕਿਹਾ ਹੋ ਗਈਆਂ ਗੱਲਾਂ ਅਲਕਾ ਮੁਸਕਰਾ ਰਹੀ ਸੀ ਮੀਆਂ ਬੀਬੀ ਦਾ ਵਿਹਾਰ ਦੇ ਕੇ ਰੇਸ਼ਮਾ ਹੋਰ ਉਦਾਸ ਹੋ ਗਈ ਅੱਧਾ ਸਾ ਉਹਨੇ ਆਪਣੇ ਸੰਗੋ ਥੱਲੇ ਹੀ ਮੋੜ ਲਿਆ ਤੇ ਫਿਰ ਰੋਹੇ ਦੇ ਵਾਲਾਂ ਉੱਤੇ ਹੱਥ ਫੇਰਨ ਲੱਗੀ ਭੁੱਖ ਤਾਂ ਖੂਬ ਲੱਗੀ ਹੋਣੀ ਹੈ ਰੇਸ਼ਮਾ ਸਦੀਪ ਉਹਦੇ ਵੱਲ ਸਨੇਹ ਨਾਲ ਚਾਗਿਆ ਤੁਹਾਨੂੰ ਨਹੀਂ ਲੱਗੀ ਭੁੱਖ ਕਰ ਲੋ ਨਾਸ਼ਤਾ ਤਾਂ ਕਰਨਾ ਹੀ ਕਰਨਾ ਹੈ ਰੇਸ਼ਮਾ ਨੇ ਕਿਹਾ ਨਾਸ਼ਤੇ ਬਾਅਦ ਉੱਠਣੀ ਲੱਗੇ ਸੀ ਕਿ ਹਲਕਾ ਨੇ ਯਾਦ ਕਰਾਇਆ ਇੱਕ ਇੱਕਾ ਚਾਹ ਵੀ ਲੈ ਆਓ ਥਰਮਸ ਭਰ ਕੇ ਕਾਦੇ ਲਈ ਲਿਆਂਦੀ ਹੈ ਵਾਹ ਕਮਾਲ ਚਾਹ ਵੀ ਹੈ ਸਦੀਪ ਖੜ ਉੱਠੇ ਰੋਜ਼ ਗਾਰਡਨ ਤੋਂ ਬਾਹਰ ਆ ਕੇ ਉਹ ਝੀਲਾਂ ਵੇਖਣ ਲੱਗੇ। ਇੱਕ ਝੀਲ ਕਿਨਾਰੇ ਦੋ ਕਿਸ਼ਤੀਆਂ ਖੜੀਆਂ ਸੀ, ਬੋਟਿੰਗ ਵੀ ਹੁੰਦੀ ਹੋਏਗੀ। ਧੁੱਪ ਪੂਰੀ ਤੇਜ਼ ਹੋ ਚੁੱਕੀ ਸੀ ਪਰ ਹਾਲੇ ਤਿੱਖੀ ਲੂ ਨਹੀਂ ਵਗਣ ਲੱਗੀ ਸੀ। ਉਹ ਪਹਿਲਾਂ ਵਾਂਗ ਹੀ ਦੋ ਰਿਕਸ਼ਿਆਂ 'ਚ ਬੈਠ ਗਏ। ਉਸੇ ਤਰ੍ਹਾਂ ਇੱਕ ਵਿੱਚ ਸੁਦੀਪ ਤੇ ਰੇਸ਼ਮਾ ਦੂਜੇ 'ਚ ਅਲਕਾ। ਇਸ ਵਾਰ ਤਿੰਨ ਬੱਚੇ ਅਲਕਾ ਵਾਲੇ ਰਿਕਸ਼ੇ 'ਚ ਫਸ ਕੇ ਬੈਠੇ ਸੀ। ਰੇਸ਼ਮਾ ਕਹਿਣ ਲੱਗੀ ਤੁਹਾਨੂੰ ਇੱਕ ਹੋਰ ਔਰਤ ਦੀ ਗੱਲ ਦੱਸਦੀਆਂ। ਉਹ ਆਪਣੇ ਪਤੀ ਨਾਲੋਂ ਉਮਰ ਚ ਵੱਡੀ ਐ ਉਹਨਾਂ ਦੇ ਬੱਚੇ ਐ ਪਰ ਪਤੀ ਆਪਣੀ ਹਮ ਉਮਰ ਇੱਕ ਹੋਰ ਔਰਤ ਕੋਲ ਜਾਂਦਾ ਹੈ ਪਤੀ ਠੀਕ ਐ ਫਿਰ ਸੁਦੀਪ ਨੇ ਫੈਸਲਾ ਸੁਣਾਇਆ ਤੇ ਫਿਰ ਕਹਿਣ ਲੱਗਾ ਇਸ ਕਹਾਣੀ 'ਚ ਲਿਖਣ ਵਾਲੀ ਕਿਹੜੀ ਗੱਲ ਐ ਪਰ ਉਹ ਔਰਤ ਆਪਣੇ ਪਤੀ ਨੂੰ ਚਾਹੁੰਦੀ ਬਹੁਤ ਐ ਉਹਨੇ ਤਾਂ ਚਾਹਣਾ ਹੀ ਸੀ ਉਹ ਵੱਡੀ ਐ ਨਾ ਉਮਰ 'ਚ ਸੈਕਸ ਦੇ ਮਾਮਲੇ 'ਚ ਨਹੀਂ ਜੀਜਾ ਜੀ ਉਹ ਔਰਤ ਦੀ ਸਮੱਸਿਆ ਹੋਰ ਐ ਉਹਦਾ ਪਤੀ ਉਹਦਾ ਆਗਿਆਕਾਰ ਬਹੁਤ ਐ ਬੱਚੇ ਮੰਗ ਕੇ ਨਾ ਮੰਨਦਾ ਪਤਨੀ ਦੇ ਆਖੇ ਦੀ ਉਲੰਘਣਾ ਨਹੀਂ ਕਰਦਾ ਆਪਣੇ ਪਤੀ ਨੂੰ ਰੋਕ ਨਹੀਂ ਸਕਦੀ ਕਿ ਕਿਸੇ ਹੋਰ ਔਰਤ ਕੋਲ ਨਾ ਜਾਵੇ ਉਹ ਬੰਦਾ ਆਪਣੀ ਪਤਨੀ ਦਾ ਵੀ ਪੂਰਾ ਸਾਥ ਦਿੰਦਾ ਹੈ ਪਰ ਇੱਕ ਦੂਰੀ ਜਈ ਇੱਕ ਵਿਥ ਜਈ ਤੇ ਇੱਕ ਅਜਨਬੀ ਅਜ ਨਬੀਤ ਜੀ ਹਮੇਸ਼ਾ ਉਹਦੇ ਪਿੰਡੇ ਨੂੰ ਖੁਰਚਦੀ ਰਹਿੰਦੀ ਹੈ ਉਹ ਸੰਦਰ ਘਟਿਆ ਪਣਦਾ ਅਹਿਸਾਸ ਹੈ ਬੰਦਾ ਕਿਤੇ ਜਾਂਦਾ ਫਿਰੇ ਉਹਨੂੰ ਪੂਰਾ ਸਮਾਂ ਦਿੰਦਾ ਹੈ ਬੰਦੇ ਦਾ ਕੀ ਹੈ ਉ ਤਾਂ ਨਹੀਂ ਜੀ ਜੀ ਇਹ ਗੱਲ ਨਹੀਂ ਇਹ ਤਾਂ ਗਲਤ ਹੈ ਤੁਸੀਂ ਮਰਦ ਲੋਕ ਨਹੀਂ ਸਮਝ ਸਕਦੇ ਇਸ ਦਰਦ ਨੂੰ ਤੁਸੀਂ ਔਰਤ ਦੇ ਨੁਕਤੇ ਤੋਂ ਸੋਚ ਕੇ ਦੇਖੋ ਜ਼ਰਾ ਵੀ ਔਰਤ ਦੇ ਨੁਕਤੇ ਤੇ ਸੋਚ ਰਿਆਂ ਨਹੀਂ ਸੋਚ ਰਹੇ ਘਰ ਆ ਕੇ ਸਭ ਨੇ ਨਿੰਬੂ ਪਾਣੀ ਪੀਤਾ ਫਿਰ ਹਲਕਾ ਦੁਪਹਿਰ ਦੀ ਰੋਟੀ ਦਾ ਆਹਰ ਕਰਨ ਲੱਗੇ ਸੁਦੀਪ ਚਾਹ ਦਾ ਪਿਆਲਾ ਪੀ ਕੇ ਦਫ਼ਤਰ ਚਲਾ ਗਿਆ ਕਹਿੰਦਾ ਹੁਣੇ ਆਇਆ ਮੈਂ ਹਲਕਾ ਤੇ ਜ਼ਰਾ ਇੱਕ ਚੱਕਰ ਮਾਰ ਆ ਰਾਂ ਰੇਸ਼ਮਾਲ ਕਾ ਦਾ ਹੱਥ ਵਟਾਉਣ ਲੱਗੀ ਬੱਚੇ ਖਿਡਾਉਣੇ ਲੈ ਕੇ ਬੈਠ ਗਏ ਅਸਲ 'ਚ ਦੋਵੇਂ ਭੈਣ ਭਾਈ ਦੇਖ ਰਹੇ ਸੀ ਕਿ ਰੋਹਿਤ ਨੂੰ ਕਿਹੜਾ ਖਿਲਾਉਣਾ ਪਸੰਦ ਹੈ ਸੁਦੀਪ ਜਰਾ ਲੇਟ ਆਇਆ ਬੱਚੇ ਰੋਟੀ ਖਾ ਚੁੱਕੇ ਸਨ ਦੋਵੇਂ ਸੁਦੀਪ ਦੀ ਉਡੀਕ ਚ ਬੈਠੀ ਐ ਅੰਮ੍ਰਿਤਸਰ ਦੀਆਂ ਗੱਲਾਂ ਕਰਦੀਆਂ ਰਹੀਆਂ ਪਰਮੋਦ ਤੇ ਵਿਨੋਦ ਦੀਆਂ ਵੋਟੀਆਂ ਦੀਆਂ ਗੱਲਾਂ ਤੇ ਹਨ ਗਵੰਡ ਦੀਆਂ ਕੁੜੀਆਂ ਬਾਰੇ ਕਿਹੜੀ ਵਿਆਹੀ ਗਈ ਕਿਹੜੀ ਰਹਿ ਗਈ ਕਿਨੂੰ ਕਿਹੋ ਜਿਹੇ ਹਸਬੰਦ ਮਿਲਿਆ ਸ਼ਾਮ ਦੀ ਰੋਟੀ ਲਈ ਹਲਕਾ ਖਾਸਾ ਕੁਝ ਕਰਨ ਲੱਗੀ ਕਿਦਰੇ ਕद्दू ਦੇ ਕੋफ्ते ਬਣ ਰਹੇ ਆ ਤੋਤੇ ਮਾਂ ਦੀ ਸੁੱਕੀ ਦਾਲ ਵਿੱਚ ਕੋਪਾ ਦਾਖਾਂ ਕਾਜੂ ਛੋਟੀ ਇਲਾਇਚੀ ਪਾ ਕੇ ਖੀਰ ਕਮਾਲ ਦੀ ਬਣਾਉਂਦੀ ਹੁੰਦੀ ਹਲਕਾ ਬਾਜ਼ਾਰੋਂ ਦੇਖ ਤੇ ਕਿ ਮਿੱਠੇ ਅੰਬ ਲੈ ਕੇ ਆਈ ਅੰਬਾਂ ਦਾ ਗੁੱਦਾ ਪਾ ਕੇ ਰਾਤ ਨੂੰ ਫ੍ਰਿਜ ਵਿੱਚ ਆਈਸਕ੍ਰੀਮ ਵੀ ਰੱਖ ਦਿੱਤੀ ਫੇਰ ਰਾਤ ਨੂੰ ਜਦੋਂ ਹਲਕਾ ਬਰਤਨ ਸਾਫ਼ ਕਰਨ ਲੱਗੀ ਬੱਚੇ ਟੀਵੀ ਵੇਖ ਰਹੇ ਸੀ ਸੁਦੀਪ ਤੇ ਰੇਸ਼ਮਾ ਛੱਤ ਉੱਤੇ ਜਾ ਬੈਠੇ ਇਧਰ ਉਧਰ ਦੀਆਂ ਗੱਲਾਂ ਹੋਣ ਲੱਗੀਆਂ ਸੁਦੀਪ ਨੇ ਆਪਣੇ ਸਾਡੂ ਤਰਸੀਮ ਲਾਲ ਦੀ ਗੱਲ ਛੇੜ ਲਈ ਰੇਸ਼ਮਾ ਟਾਲ ਗਈ ਕਹਿਣ ਲੱਗੀ ਅੱਛਾ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣੀ ਹੈ ਇਹ ਵੀ ਲਿਖਿਓ بس ਇਹੀ ਸੁਣਾਵਾਂਗੀ ਹੋਰ ਇਹ ਫੇਰ ਹੋਰ ਨਹੀਂ ਕਿਉਂ ਹੋਰ ਕਿਉਂ ਨਹੀਂ ਸੁਣਾਉਂਦੇ ਜਾ ਤੁਸੀਂ ਕਿਹੜਾ ਸਾਰੀਆਂ ਕਹਾਣੀਆਂ ਲਿਖਣੀਆਂ ਹੋਣਗੀਆਂ ਪਹਿਲਾਂ ਵਾਦਾ ਕਰੋਗੇ ਲਿਖੋਗੇ ਸਭ ਕਹਾਣੀਆਂ ਹਾਂ ਜ਼ਰੂਰ ਸਾਲੀ ਸਹਿਬਾ ਮੈਨੂੰ ਕਹਾਣੀਆਂ ਦੇ ਪਲਾਟ ਦੇ ਕੇ ਜਾ ਜਾਵੇ ਤੇ ਮੈਂ ਕਿਵੇਂ ਨਹੀਂ ਲਿਖਾਂਗਾ ਬਈ ਤੂੰ ਸੁਣਾ ਹੁਣ ਇਹ ਨਵੀਂ ਕਹਾਣੀ ਦੋ ਦੋਸਤ ਨੇ ਇੱਕ ਸ਼ਾਦੀ ਸ਼ੁਦਾ ਦੂਜਾ ਕੁਵਾਰਾ ਦੋਸਤੀ ਉਹਨਾਂ ਦੀ ਬਹੁਤ ਪੱਕੀ ਹੈ ਸ਼ਾਦੀ ਸ਼ੁਦਾ ਦੋਸਤ ਨੂੰ ਟੀਵੀ ਹੋ ਜਾਂਦੀ ਹੈ ਅਸਲ 'ਚ ਤਾਂ ਵਿਆਹ ਤੋਂ ਪਹਿਲਾਂ ਹੀ ਉਹਨੂੰ ਇਹ ਬਿਮਾਰੀ ਹੈਗੀ ਸੀ ਪਰ ਚੋਰੀ ਚੋਰੀ ਆਪਣਾ ਇਲਾਜ ਕਰਵਾ ਰਿਆ ਸੀ ਕਿਸੇ ਨੂੰ ਦੱਸਦਾ ਨਹੀਂ ਸੀ ਉਹਨੂੰ ਉਮੀਦ ਹੋਣੀ ਹੈ ਕਿ ਉਹ ਠੀਕ ਹੋ ਜਾਏਗੀ ਪਰ ਵਿਆਹ ਤੋਂ ਬਾਅਦ ਬਿਮਾਰੀ ਹੋਰ ਵੱਧ ਗਈ ਇਸੇ ਦੌਰਾਨ ਇੱਕ ਬੱਚਾ ਵੀ ਹੋ ਜਾਂਦਾ ਹੈ ਫਿਰ ਵਿਚਾਰਾ ਉਹ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗਦਾ ਹੈ ਉਹਦਾ ਦੋਸਤ ਘਰ ਆਉਂਦਾ ਜਾਂਦਾ ਹੈ ਉਹ ਦੋਸਤ ਇਸੇ ਸੰਬੰਧ ਉਸ ਔਰਤ ਨਾਲ ਹੋ ਜਾਂਦੇ ਹੈ ਦੋਸਤੀ ਦੀ ਭਾਵਨਾ ਅਧੀਨ ਇਹ ਸਭ ਹੁੰਦਾ ਹੈ ਔਰ ਦੋ ਬੱਚੇ ਹੋਰ ਜੰਮਦੇ ਹੈ ਉਹ ਬੱਚੇ ਪਿਛਲੇ ਦੋ ਬੱਚੇ ਉਸ ਦੋਸਤੇ ਨੇ ਉਹਦਾ ਹਸਬੰਡ ਤਾਂ ਫਿਰ ਇਸ ਕਾਬਲ ਹੀ ਨਹੀਂ ਰਹਿ ਗਿਆ ਉਦੇ ਹਸਬੰਦ ਨੂੰ ਵੀ ਇਹ ਪਤਾ ਹੁੰਦਾ ਪਰ ਉਹ ਮਰੀਜ਼ ਹੈ ਸਹਿ ਰਿਆ ਉਹ ਤਾਂ ਸਭ ਆਪਣੇ ਦੋਸਤੀ ਮਿਹਰਬਾਨੀ ਸਮਝਦਾ ਹੈ ਦੋਸਤ ਨੂੰ ਸੰਭਾਲਦਾ ਵੀ ਹੈ ਘਰ ਦਾ ਸਾਰਾ ਖਰਚ ਤੇ ਬਿਮਾਰੀ ਤੇ ਲੱਗਦੇ ਪੈਸੇ ਸਭ ਉਹ ਦੋਸਤ ਕਰਦਾ ਹੈ ਅਖੀਰ ਉਸ ਔਰਤ ਦਾ ਪਤੀ ਮਰ ਜਾਂਦਾ ਹੈ ਫਿਰ ਕੀ ਹੁੰਦਾ ਹੁਣ ਇੱਥੇ ਆ ਕੇ ਕਹਾਣੀ ਬਣੇਗੀ ਸੁਦੀਪ ਨੇ ਕਿਹਾ ਉਹ ਔਰਤ ਹੁਣ ਆਪਣੇ ਪਤੀ ਦੇ ਦੋਸਤ ਨੂੰ ਕਹਿੰਦੀ ਹੈ ਕਿ ਉਹਦੇ ਨਾਲ ਵਿਆਹ ਕਰਵਾ ਲੈ ਪਿਛਲੇ ਦੋ ਬੱਚੇ ਉਹਦੇ ਹੀ ਨੇ ਤੇ ਨਾਲੇ ਦੋਸਤੀ ਦਾ ਮੁੱਲ ਵੀ ਅਦਾ ਹੋ ਜਾਏਗਾ ਐਸੀ ਰਿਸ਼ਮਾ ਉਸ ਦੋਸਤ ਦਾ ਜਵਾਬ ਜੋ ਤੂੰ ਹੁਣ ਦਸੇਂਗੀ ਉਹ ਦੱਸਣ ਤੋਂ ਪਹਿਲਾਂ ਇਹ ਦੱਸ ਕਿ ਤੇਰੇ ਆਪਣੇ ਦਿਮਾਗ ਅਨੁਸਾਰ ਕੀ ਹੋਣਾ ਚਾਹੀਦਾ ਮੈਂ ਤਾਂ ਕਹਿੰਨੀ ਆ ਉਹਨੂੰ ਵਿਆਹ ਕਰਵਾ ਲੈਣਾ ਚਾਹੀਦਾ ਠੀਕ ਉਸ ਦੋਸਤ ਨੇ ਕੀ ਫੈਸਲਾ ਕੀਤਾ ਫਿਰ ਵਿਆਹ ਦੇ ਨਾਂ ਤੇ ਉਹ ਉਸ ਔਰਤ ਨੂੰ ਛੱਡ ਕੇ ਤੁਰ ਗਿਆ ਮੁੜ ਕੇ ਕਦੇ ਘਰ ਨਹੀਂ ਆਇਆ ਹੁਣ ਔਰਤ ਕੀ ਕਰੇ ਵਿਚਾਰੀ ਉਹਨੂੰ ਆਪਣੇ ਪਤੀ ਮਰੇ ਦਾ ਇੰਨਾ ਦੁੱਖ ਨਹੀਂ ਜਿੰਨਾ ਦੁੱਖ ਉਹਨੂੰ ਉਸ ਦੋਸਤ ਦਾ ਹੈ ਉਹਦਾ ਉਹਦੀ ਜ਼ਿੰਦਗੀ ਵਿੱਚੋਂ ਦੀ ਨਿਕਲ ਜਾਣ ਦਾ ਦੁੱਖ ਰੇਸ਼ਮਾ ਬਠਿੰਡੇ ਚਾਰ ਦਿਨ ਰਹੀ। ਉਹਨਾਂ ਨੇ ਉੱਥੋਂ ਦੀਆਂ ਹੋਰ ਥਾਵਾਂ ਵੀ ਦੇਖੀਆਂ ਕਿਲਾ, ਥਰਮਲ, ਇੱਕ ਦੋ ਹੋਰ ਥਾਵਾਂ। ਉਹਨੇ ਸੁਦੀਪ ਨੂੰ ਹੋਰ ਕਹਾਣੀਆਂ ਨਹੀਂ ਸੁਣਾਈਆਂ। ਬਠਿੰਡਾ ਛੱਡਣ ਤੋਂ ਇੱਕ ਦਿਨ ਪਹਿਲਾਂ ਉਹਨੇ ਅਲਕਾ ਨੂੰ ਤਰਸੀਮ ਲਾਲ ਬਾਰੇ ਦੱਸਿਆ। ਘਰ ਦੇ ਬਰਤਨ ਸਾਫ਼ ਕਰਨ ਤੇ ਫਰਸ਼ਾਂ ਤੇ ਪੋਚਾ ਲਾਉਣ ਵਾਲੀ ਨੁਕਰਾਨੀ ਨਾਲ ਉਹਦਾ ਸਬੰਧ ਹੈ। ਤੈਨੂੰ ਕੋਈ ਪਤਾ? ਮੈਂ ਆਪ ਇੱਕ ਦਿਨ ਵੇਖਿਆ ਦੋਹਾਂ ਨੂੰ। ਤੇ ਝਗੜਾ ਕਿਉਂ ਨਹੀਂ ਕਰਦੀ ਤਰਸੀਮ ਨਾਲ? ਨਹੀਂ ਮੰਨਦਾ, ਕਹਿੰਦਾ ਹਾਂ ਮੇਰਾ ਤਾਂ ਹੈਗਾ। ਮੈਂ ਤਾਂ ਇਸੇ ਤਰ੍ਹਾਂ ਕਰਾਂਗਾ ਅਖੇ ਪਹਿਲਾਂ ਵਾਲੀਆਂ ਦੋ ਨੁਕਰਾਨੀਆਂ ਨਾਲ ਵੀ ਮੇਰੇ ਹੀ ਸਬੰਧ ਸੀ ਸਿੱਧੀ ਜੀ ਗੱਲ ਹੈ ਤੂੰ ਨੁਕਰਾਨੀ ਨੂੰ ਹਟਾ ਦੇ ਖੁਦ ਕਰਿਆ ਕਰ ਘਰ ਦਾ ਸਾਰਾ ਕੰਮ ਮੈਂ ਸਕੂਲ ਵੀ ਤਾਂ ਜਾਣਾ ਹੁੰਦਾ ਐਡਾ ਪਰਿਵਾਰ ਮੈਂ ਕਿਵੇਂ ਕਰ ਲਾਂਗੀ ਇੰਨਾ ਕੰਮ ਤੇ ਫਿਰ ਕਹਿਣ ਲੱਗੀ ਉਹਨੂੰ ਤਾਂ ਆदत ਹੈ ਉਹ ਰਹਿ ਨਹੀਂ ਸਕਦਾ ਫਿਰ ਕੀ ਸੋਚਿਆ ਤੂੰ ਸੋਚ-ਸੋਚ ਮੈਂ ਤਾਂ ਥੱਕ ਗਈ ਦੀਦੀ ਝਗੜਾ ਕਰਦੀਆਂ ਤਾਂ ਕੁੱਟ ਖਾ ਲੈਣੀ ਐ ਸੱਸ ਸਹੁਰਾ ਵੀ ਮੈਨੂੰ ਹੀ ਕੋਸਦੇ ਐ ਅਖੇ ਤੂੰ ਸਾਡੇ ਮੁੰਡੇ ਤੇ ਦੂਸ਼ਣ ਲਾਉਣੀ ਐ ਅਲਕਾ ਨੇ ਸਾਰੀ ਗੱਲ ਸੁਦੀਪ ਨੂੰ ਸੁਣਾਈ ਉਹ ਹੈਰਾਨ ਸੀ ਕਿ ਦੂਜਿਆਂ ਦੀਆਂ ਇੰਨੀਆਂ ਕਹਾਣੀਆਂ ਸੁਣਾਉਂਦੀ ਰਹੀ ਆਪਣੀ ਗੱਲ ਕਿਉਂ ਨਾ ਦੱਸੀ ਫਿਰ ਉਹਨੂੰ ਸਮਝ ਆਉਣ ਲੱਗੀ ਕਿ ਉਹਨੇ ਜਿਹੜੀਆਂ 5 ਕਹਾਣੀਆਂ ਸੁਨਾਈਆਂ ਉਹਨਾਂ ਵਿੱਚੋਂ ਕਿਧਰੇ ਨਾ ਕਿਧਰੇ ਖੁਦ ਸ਼ਾਮਲ ਸੀ ਵਿਚਾਰੀ ਰੇਸ਼ਮਾ ਸੁਦੀਪ ਨੂੰ ਅਫਸੋਸ ਹੋਇਆ ਫਿਰ ਹਲਕਾ ਨੂੰ ਪੁੱਛਣ ਲੱਗਾ ਕੀ ਫੈਸਲਾ ਕੀਤਾ ਰੇਸ਼ਮਾ ਨੇ ਸਹੁਰਿਆਂ ਦੇ ਘਰੋਂ ਤਾਂ ਆ ਚੁੱਕੀ ਐ ਹੁਣ ਮਾਂ ਕੋਲ ਐ ਫਿਰ ਇੱਥੋਂ ਫੈਸਲਾ ਕਰਕੇ ਗਈ ਐ ਮੇਰੇ ਨਾਲ ਜਾ ਕੇ ਤਲਾਕ ਦੀ ਅਰਜ਼ੀ ਦੇ ਦੇਗੀ ਕਹਿੰਦੀ ਸੀ ਤਰਸੀਮ ਲਾਲ ਦੀ ਦੇਹ ਜੋ ਮੈਨੂੰ ਫਰਸ਼ਾਂ ਤੇ ਪੋਚਾ ਲਾਉਣ ਵਾਲੇ ਮੈਲੇ ਕੱਪੜੇ ਵਰਗਾ ਮੁਸ਼ਕ ਆਉਂਦਾ ਹੈ ਧੰਨ